काल चैन दे सारे दर्शकों का प्रोग्राम सोच विच मेरे वालों ते मेरे साथी टीना बख्शी जी वालों स्वागत है। हमेशा की तरह असी एक बार फिर एक नवा टॉपिक लैके थोड़ी सेवा विच हाजिर हुए हैं। अज का जिहड़ा टॉपिक है वह है कि अजकल साडे लोगों के जिहड़ी रीस है जिहड़ी वह बहुत वध गई आ एक दूजे की रीस करनी। इहदा तुसीं सानूं दसना कि तुसीं वी देखदे कि तुहाडे आले दुआले भी इस तरह हो रहा आ ते इहदा साडी जिहड़ी सोसाइटी आ साडे परिवार आ साडे बच्चों ते की असर हो रहा आ इस ते ही असीं गलबात करांगे। उम्मीद करदे हां कि तुसीं अज भी साडा साथ दोगे हमेशा की तरह। सब तो पहलां स्वागत करदी हां टीना जी। सत श्री अकाल जी, ते की हाल है तुहाडा? बस ठीक, तुसीं सुनाओ परमिंदर जी। हाँ जी, ते अज असीं गलबात करनी आ टीना जी कि तुहानूं तुसीं भी देखदे कि अज कल आस पास तुसीं देखदे आ कि अज कल रीस बड़े लोकी करदे एक दूजे दी, ते उहदा तुहानूं लगदा कि साडी सोसाइटी ते कोई असर हो रहा आ बैड जां गुड जां साडे बच्चियां ते परिवारां ते की असर हो रहा आ? परमिंदर जी, जिहड़ी एशियन सोसाइटी है जी, अगर तुसी पहला तो भी चलते आ वो हायरार्की ते बेस्ड रही है जी। ठीक है कि किदे कोल किन्ना पैसा, क्लास, स्टेटस, कास्ट जी। असी अपनी जिहड़ी की कहिंदे आ जिहड़ी की वाइट सोसाइटी दे अंदर घट नज़र आंदी है जी। ठीक है, जिहड़े असी एशियंस हैगे आ असी टेन टू जिद्दां अपने आप नूं सैपरेट करदे आ कि उहदी कास्ट की है, उहदा सोशल स्टेटस की है, उहदे कोल पैसा किन्ना है। अजकल तां इह बहुत ज़्यादा हो गया। हाँ जी, ठीक है जी। बेशक एक पहले रिश्ते जिहड़े बनदे सीगे उह की कहिंदे आ इन्ना नहीं, अजकल पैसे दी जिहड़ी लैण देण है ना ਉਹਦਾ ਕਾਫੀ ਵੱਡਾ ਇੰਪੈਕਟ ਹੈ ਰਿਲੇਸ਼ਨਸ਼ਿਪਸ ਤੇ। ਤੁਹਾਡਾ ਕਹਿਣੇ ਦਾ ਮਤਲਬ ਕਿ ਹਰ ਇੱਕ ਫੀਲਡ ਦੇ ਵਿੱਚ ਇਹ ਹੋ ਰਿਹਾ ਸਾਡੀ ਸਪੈਸ਼ਲੀ ਏਸ਼ੀਅਨ ਜਿਹੜੀ ਕਮਿਊਨਿਟੀ ਦਾ ਮਤਲਬ। ਬਿਲਕੁਲ, ਤੁਸੀਂ ਅਗਰ ਦੇਖੋ ਜਿਹੜੇ ਪਹਿਲੇ ਰਿਸ਼ਤੇ ਹੁੰਦੇ ਸੀਗੇ ਜੇ ਭੈਣ ਭਰਾ ਥੋੜੇ ਹੌਲੇ ਵੀ ਹੁੰਦੇ ਸੀਗੇ ਰਲ ਮਿਲ ਕੇ ਇੱਕ ਦੂਜੇ ਹਾਂਜੀ ਚੱਕ ਦਿੰਦੇ ਸੀਗੇ, ਅੱਜ ਕੱਲ ਇਦਾਂ ਨਹੀਂ ਹੁੰਦਾ। ਜਿਹੜੇ ਭੈਣਾਂ ਭਰਾਵਾਂ ਚ ਵੀ ਫਰਕ ਆ ਗਿਆ ਔਰ ਜਿਹੜੇ ਬੱਚੇ ਕੋਲ ਜ਼ਿਆਦਾ ਪੈਸਾ ਹੈ ਜਾਂ ਸਕਸੈਸਫੁਲ ਹੈ ਮਾਂ ਬਾਪ ਵੀ ਉਹਦੀ ਐਗਜ਼ਾਮਪਲ ਜ਼ਿਆਦਾ ਲੈਂਦੇ ਆ। ਹਾਂਜੀ, ਹੈ ਨਾ। ਬੇਸ਼ੱਕ ਜਿਹੜਾ ਬੱਚਾ ਥੋੜ੍ਹਿਆ ਹੋਇਆ ਉਹ ਜ਼ਿਆਦਾ ਓਨੈਸਟੀ ਜਾਂ ਸਿੰਪਲੀਸਿਟੀ ਦੀ ਲਾਈਫ ਜੀ ਰਿਹਾ ਜੀ, ਪਰ ਉਹਨੂੰ ਇੰਨਾ ਜਿੱਦਾਂ ਅੱਜ ਕੱਲ੍ਹ ਕਹਿ ਦਿਓ ਧੜਕ ਮੜਕ ਨੂੰ ਜ਼ਿਆਦਾ ਦੇਖਦੇ ਆ ਲੋਕ, ਮਤਲਬ ਸ਼ੋਸ਼ਪਨ ਜਿਹੜਾ ਹੈਗਾ ਉਹ ਜ਼ਿਆਦਾ ਹੈਗੀ ਹੈ। ਬੇਸ਼ੱਕ ਤੁਸੀਂ ਅਫੋਰਡ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਪਰ ਇੱਕ ਲਾਈਫ ਸਟਾਈਲ ਜੇ ਤੁਸੀਂ ਮੇਨਟੇਨ ਕਰ ਲਿਆ ਜੀ, ਠੀਕ ਹੈ, ਉਹ ਕਾਫੀ ਮਤਲਬ ਲੋਕ ਹੁਣ ਤੁਸੀਂ ਦੇਖ ਲਓ ਅੱਜ ਕੱਲ੍ਹ, ਪਹਿਲੇ ਟਾਈਮਾਂ 'ਚ ਹੁੰਦਾ ਸੀ ਬੱਚੇ ਆਪਾਂ ਜਿੱਦਾਂ ਮਰਜ਼ੀ ਦੇ ਕੱਪੜੇ ਪਾ ਲੈਂਦੇ ਸੀ, ਅੱਜ ਕੱਲ੍ਹ ਤਾਂ ਬੱਚਿਆਂ ਨੂੰ ਵੀ ਬ੍ਰਾਂਡਡ ਪਵਾਉਣਾ। ਉਹਦਾ ਸਾਡੇ ਬੱਚਿਆਂ 'ਤੇ ਕੁਛ ਅਸਰ ਵੀ ਹੋ ਰਿਹਾ ਆ? ਬਿਲਕੁਲ, ਕਿਉਂਕਿ ਤੁਸੀਂ ਅਗਰ ਸਾਈਕੋਲੋਜੀਕਲੀ ਦੇਖੋ ਬੱਚਿਆਂ ਨੂੰ ਤਾਂ ਨਹੀਂ ਪਤਾ ਕਿ ਇਹ ਬ੍ਰਾਂਡਸ ਹੈ, ਇਹ ਤਾਂ ਪੇਰੈਂਟਸ ਦੀ ਆਪਣੀ ਉਹ ਹੈਗੀ ਹੈ ਕਿ ਇੱਕ ਲਾਈਫ ਸਟਾਈਲ ਮੇਨਟੇਨ ਕਰਨਾ, ਇਹ ਲੋਕਾਂ ਨੂੰ ਦਿਖਾਉਣਾ ਕਿ ਹਾਂਜੀ ਸਾਡੇ ਬੱਚੇ ਬ੍ਰਾਂਡਡ ਪਾਉਂਦੇ ਹੈ। ਮਤਲਬ ਇੱਕ ਦੂਜੇ ਦੀ ਜੇ ਕਿਸੇ ਨੇ ਦੇਖਿਆ ਕਿ ਜੇ ਮਤਲਬ ਕਈ ਵਾਰੀ ਇਸ ਤਰ੍ਹਾਂ ਵੀ ਦੇਖਣ ਨੂੰ ਮਿਲਿਆ ਕਿ ਕਈ ਲੋਕ ਅਫੋਰਡ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਉਹਨਾਂ ਨੇ ਪਾਉਣੇ ਆ, ਲੇਕਿਨ ਅੱਗੇ ਜਾ ਕੇ ਉਹਨਾਂ ਨੂੰ ਕਾਫੀ ਕਈ ਵਾਰੀ ਡੈਟ 'ਚ ਵੀ ਲੋਕ ਚਲੇ ਜਾਂਦੇ ਆ, ਲੇਕਿਨ ਉਹਨਾਂ ਨੇ ਉਹ ਰੀਸ ਜ਼ਰੂਰ ਕਰਨੀ ਆ। ਬਿਲਕੁਲ, ਉਹ ਇਹ ਵੀ ਹੈ ਪਰਮਿੰਦਰ ਜੀ, ਕਿਉਂਕਿ ਉਹ ਸਰਵਾਈਵ ਕਰਨਾ ਚਾਹੁੰਦੇ ਆ ਕਿਤੇ ਨਾ ਕਿਤੇ ਸਾਡੀ ਕਮਿਊਨਿਟੀਜ਼ 'ਚ ਆ, ਇਹ ਕਹਿ ਲਓ ਇੰਡੀਵਿਜੂਅਲ ਕੀ ਕਹਿੰਦੇ ਇੱਕ ਤਰ੍ਹਾਂ ਦਾ ਫੇਅਰ ਹੈਗਾ ਕਿ ਅਸੀਂ ਆਊਟਕਾਸਟ ਨਾ ਹੋ ਜਾਈਏ, ਸਾਨੂੰ ਬੁਲਾਉਣਾ ਨਾ ਲੋਕ ਬੰਦ ਕਰ ਦੇਣ, ਕਿਉਂਕਿ ਅੱਜ ਕੱਲ੍ਹ ਇਹ ਸਰਵਾਈਵਲ ਦਾ ਇੱਕ ਵੇ ਹੈਗਾ, ਮਤਲਬ ਦੂਸਰਿਆਂ ਦੇ ਨਾਲ ਸਟੈਂਡ ਹੋਣਾ ਚਾਹੁੰਦੇ ਆ ਜਿਹੜੇ ਹਾਈ ਸਟਾਈਲ ਸੋਸਾਇਟੀ ਦੇ ਵਿੱਚ। ਵੈਸੇ ਇੱਥੇ ਤਾਂ ਕਾਸਟ ਸਿਸਟਮ ਨਹੀਂ ਹੈਗਾ ਜਿੱਦਾਂ ਕਿ ਸੀਗਾ ਕਿ ਸੋਸਾਇਟੀ ਜਿਹੜੀ ਹੈਗੀ ਆ ਕੋਈ ਕਿਸੇ ਕੋਲ ਪੈਸੇ ਜ਼ਿਆਦਾ ਆ, ਇਕਨੋਮਿਕ ਜਿਹੜੀ ਪ੍ਰੈਸ਼ਰਸ ਹੈਗੇ ਆ ਉਹ ਬਹੁਤ ਜ਼ਿਆਦਾ ਹੈਗੇ ਨੇ। ਹਾਂਜੀ, ਠੀਕ ਹੈ, ਕਾਸਟ ਤਾਂ ਹੁਣ ਬਿਲਕੁਲ ਜਿਹੜਾ ਕੀ ਕਹਿੰਦੇ ਤੁਸੀਂ ਕਹਿ ਲਓ ਨਾ ਇਕਨੋਮਿਕ ਪ੍ਰੈਸ਼ਰਸ, ਹਾਂਜੀ, ਜਾਂ ਸੋਸ਼ਲ ਇੰਡੀਪੈਂਡੈਂਸ ਉਹ ਬਹੁਤ ਜ਼ਿਆਦਾ ਵੱਧ ਗਈ ਹੈ, ਪਹਿਲੇ ਸੋਸ਼ਲ ਡਿਪੈਂਡੈਂਸ ਬਹੁਤ ਜ਼ਿਆਦਾ ਸੀਗੀ ਰਿਸ਼ਤਿਆਂ ਦੇ ਅੰਦਰ। ਹਾਂਜੀ, ਉਹਦੇ ਇੱਕ ਵਾਰੀ ਫਿਰ ਅਸੀਂ ਆਪਣੇ ਦਰਸ਼ਨ ਦੱਸ ਦਈਏ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਅੱਜ ਕੱਲ੍ਹ ਈਵਨ ਆਪਣੀਆਂ ਫੈਮਿਲੀ ਦੇ ਵਿੱਚ ਵੀ ਰਿਸ਼ਤੇਦਾਰਾਂ ਦੇ ਵਿੱਚ ਵੀ ਇੱਕ ਦੂਜੇ ਦੀ ਜਿਹੜੀ ਰੀਸ ਹੋ ਰਹੀ ਆ ਕਿ ਕਿਸੇ ਨੇ ਇਹ ਘਰ ਲੈ ਲਿਆ ਅਤੇ ਅਸੀਂ ਵੀ ਘਰ ਉਹ ਤੋਂ ਵਧੀਆ ਲੈ ਕੇ ਦਿਖਾਈਏ, ਅਤੇ ਕਿਸੇ ਨੇ ਕਾਰ ਲੈ ਲਈ ਆ ਜਾਂ ਕਿਸੇ ਨੇ ਕੋਠੀ ਬਣਾ ਲਈ ਇੰਡੀਆ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਜਿਹੜੀ ਰੀਸ ਦਾ ਹੈਗਾ ਨਾ ਇਹ ਬਹੁਤ ਵੱਧਦਾ ਜਾ ਰਿਹਾ, ਜਿਹਦੇ ਕਰਕੇ ਕਾਫੀ ਅਸਰ ਹੋ ਰਿਹਾ ਸਾਡੇ ਬੱਚਿਆਂ 'ਤੇ, ਸਾਡੀ ਸੋਸਾਇਟੀ 'ਤੇ, ਸਾਡੇ ਆਪਣੇ ਆਪ 'ਤੇ। ਕਈ ਵਾਰ ਤੁਸੀਂ ਇੰਨਾ ਖਲਾਰਾ ਪਾ ਲੈਂਦੇ ਆ ਅਤੇ ਤੁਸੀਂ ਰੀਸ ਕਰਨੇ ਦੇ ਲਈ ਅਤੇ ਤੁਹਾਡੇ ਤੋਂ ਸਾਹਮਣੇ ਹੁੰਦਾ ਅਤੇ ਅੱਗੇ ਜਾ ਕੇ ਬਹੁਤ ਅਸਰ ਪੈਂਦਾ, ਅਤੇ ਟੀਨਾ ਜੀ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਜਿਹੜੇ ਬਹੁਤ ਵਧੀਆ ਆਪਣੇ ਵਿਚਾਰ ਦੱਸ ਰਹੇ। ਅਗਰ ਤੁਸੀਂ ਵੀ ਇਹਨਾਂ 'ਤੇ ਗੱਲਬਾਤ ਕਰਨਾ ਚਾਹੁੰਦੇ ਤਾਂ ਤੁਸੀਂ ਜ਼ਰੂਰ ਆਪਣੇ ਵਿਚਾਰ, ਤੁਹਾਡੀ ਕੀ ਸੋਚ ਆ ਅੱਜ ਦੇ ਟੌਪਿਕ 'ਤੇ ਜ਼ਰੂਰ ਦੱਸਣਾ। ਟੀਨਾ ਜੀ, ਇਹਦੇ ਨਾਲ ਬੱਚਿਆਂ 'ਤੇ ਤਾਂ ਤੁਸੀਂ ਕਹਿੰਦੇ ਅਸਰ ਪੈ ਰਿਹਾ, ਜਿਹੜੇ ਸਾਡੇ ਥੋੜ੍ਹੇ ਉਹਦੇ ਨਾਲ
ਅੱਗੇ ਟੀਨੇਜਰ ਹੁੰਦੇ ਆ, ਪਹਿਲਾਂ ਬੱਚੇ ਟੀਨੇਜਰ 'ਤੇ ਵੀ ਅਸਰ ਪੈਂਦਾ ਆ। ਪਰਮਿੰਦਰ ਜੀ, ਅਗਰ ਤੁਸੀਂ ਦੇਖਿਆ ਜਾਏ ਪਹਿਲੇ ਜਿੱਦਾਂ ਮੈਂ ਹਾਇਰਾਰਕੀ ਦੀ ਗੱਲ ਕੀਤੀ ਸੀ, ਹਾਂਜੀ ਠੀਕ ਹੈ, ਵੱਡੇ ਜਿਹੜੇ ਘਰ ਦੇ ਬਜ਼ੁਰਗ ਸੀਗੇ ਉਹਨਾਂ ਕੋਲ ਅਥਾਰਿਟੀ ਹੁੰਦੀ ਸੀਗੀ ਜੀ। ਪੁਰਾਣੇ ਜ਼ਮਾਨਾ 'ਚ ਇਹ ਚੀਜ਼ਾਂ ਨਹੀਂ ਸੀਗੀਆਂ, ਨਹੀਂ ਹਾਂਜੀ, ਉਹ ਮਤਲਬ ਉਹ ਇਸ ਚੀਜ਼ 'ਚ ਬਿਲੀਵ ਕਰਦੇ ਸੀਗੇ ਕਿ ਜਿਹੜਾ ਘਰ ਹੈਗਾ ਹਾਂਜੀ ਉਹਨੇ ਦੇ ਵਿੱਚ ਗੁਜ਼ਾਰਾ ਕਰੋ। ਔਰ ਬੇਸ਼ੱਕ ਉਹ ਬੇਸ਼ੱਕ ਅਗਰ 100 ਕਮਾਉਂਦੇ ਸੀ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਜੇ 50 ਖਰਚੀਏ ਤਾਂ 50 ਬਚਾ ਲਈਏ। ਹਾਂਜੀ, ਅੱਜ ਕੱਲ੍ਹ ਆਮਦਨ ਬਹੁਤ ਜ਼ਿਆਦਾ, ਅਗਰ ਤੁਸੀਂ ਦੇਖਿਆ ਜਾਏ ਅਗਰ ਉਹਨਾਂ ਟਾਈਮ ਨਾਲ ਕੰਪੈਰੀਜ਼ਨ ਕਰੋ ਨਾ, ਅੱਜ ਇੱਕ ਹਾਊਸ ਹੋਲਡ ਦੀ ਅਰਨਿੰਗ ਕਾਫੀ ਜ਼ਿਆਦਾ, ਪਰ ਫਿਰ ਵੀ ਕਿਤੇ ਨਾ ਕਿਤੇ ਆਊਟ ਗੋਇੰਗਸ ਅਸੀਂ ਇੰਨੇ ਵਧਾ ਲਏ ਨੇ, ਆਪਣੇ ਖਰਚੇ ਇੰਨੇ ਵਧਾ ਲਏ ਕਿ ਅੱਜ ਕੱਲ੍ਹ ਕੀ ਕਹਿੰਦੇ ਆ ਤੁਸੀਂ ਕਹਿ ਲਓ ਕਿ ਇਨਵੈਸਟਮੈਂਟ ਡੈਫਿਸਿਟ ਬਹੁਤ ਜ਼ਿਆਦਾ ਹੈਗੇ ਆ, ਕਿਤੇ ਨਾ ਕਿਤੇ ਫੈਮਿਲੀ ਸਟਰਗਲ ਕਰਦੀਆਂ ਇੰਨੀ ਇਨਕਮਿੰਗਸ ਹੋਣ ਤੋਂ ਬਾਅਦ ਵੀ, ਕਿਉਂਕਿ ਅੱਜ ਕੱਲ੍ਹ ਵੈਡਿੰਗ ਦਾ ਵੀ ਸੀਜ਼ਨ ਆ, ਤੁਹਾਨੂੰ ਪਤਾ ਹੈ ਨਾ ਕਿ ਅੱਜ ਕੱਲ੍ਹ ਜਿਹੜੀ ਵੈਡਿੰਗ ਆ ਉਹਦੇ 'ਚ ਵੀ ਕਾਫੀ ਰੀਸ ਇੱਕ ਦੂਜੇ ਦੀ ਕੰਪੀਟੀਸ਼ਨ ਵੀ ਸਮਝੋ ਜਾਂ ਰੀਸ ਜਿਹੜੀ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ ਕਿ ਜੇ ਰੀਸ ਕਰਨੀ ਆ ਅਗਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਕਹਿੰਦੇ ਹੁੰਦੇ ਆਪਣੇ ਸਿਆਣੇ ਕਿ ਐਡੀਆਂ ਚੱਕ ਕੇ ਫਾਹਾ ਲੈਣ ਵਾਲੀ ਗੱਲ ਹੁੰਦੀ ਆ ਜਦੋਂ ਵੀ ਇਸ ਤਰ੍ਹਾਂ ਹੋ ਰਿਹਾ ਆ ਵੀ ਜੇ ਤੁਸੀਂ ਅਫੋਰਡ ਕਰ ਸਕਦੇ ਆ ਫਿਰ ਵੀ ਤੁਸੀਂ ਕਹਿਣਾ ਕਿ ਉਹਨੇ ਇਸ ਤਰ੍ਹਾਂ ਕੀਤੀ ਆ ਵੈਡਿੰਗ ਤਾਂ ਮੈਂ ਉਸ ਤੋਂ ਵਧੀਆ ਕਰਾਂ, ਉਹਦੇ 'ਚ ਕੀ ਫਰਕ ਹੋ ਰਿਹਾ ਆ ਅਤੇ ਕੀ ਇਫੈਕਟ ਪੈ ਰਿਹਾ ਕਿ ਪਹਿਲੇ ਜਦ ਵਿਆਹ ਹੁੰਦੇ ਸੀਗੇ ਜੀ ਉਹਦਾ ਜਿਹੜਾ ਇਨੀਸ਼ੀਏਟਿਵ ਸੀਗਾ ਜਾਂ ਮਤਲਬ ਜਿੱਦਾਂ ਕਹਿ ਲਓ ਡਿਸੀਜਨ ਮੇਕਿੰਗ ਸੀਗੀ ਜੀ ਉਹ ਵੱਡੇ ਬਜ਼ੁਰਗ ਕਰ ਸਕਦੇ ਸੀਗੇ ਜੀ। ਅੱਜ ਕੱਲ੍ਹ ਮੇਰੇ ਖਿਆਲ ਵਿਊਅਰਸ ਵੀ ਐਗਰੀ ਕਰਨਗੇ, ਅੱਜ ਕੱਲ੍ਹ ਬੱਚੇ ਜ਼ਿਆਦਾ ਪਲੈਨਿੰਗ ਕਰਦੇ ਆ ਵਿਆਹਾਂ ਦੀ ਜੀ, ਠੀਕ ਹੈ, ਤਾਂ ਬਜ਼ੁਰਗ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ, ਹਾਂਜੀ ਠੀਕ ਹੈ, ਜਿਸ 'ਚ ਬੱਚੇ ਡਿਸਾਈਡ ਕਰਦੇ ਆ ਕਿ ਕਿੱਦਾਂ ਹਾਊ ਦੇ ਵਾਂਟ ਥਿੰਗਸ ਟੂ ਬੀ। ਹਾਂਜੀ, ਪਰ ਪਹਿਲੇ ਟਾਈਮ ਇਹ ਨਹੀਂ ਕਿ ਵਿਆਹ ਸੋਨੇ ਨਹੀਂ ਹੁੰਦੇ ਸੀ, ਉਹਨਾਂ ਟਾਈਮਾਂ 'ਚ ਵੀ ਸੋਨੇ ਹੁੰਦੇ ਸੀ, ਉਹਦੇ ਵਿੱਚ ਇਸ ਤਰ੍ਹਾਂ ਸੀ ਨਾ ਪਹਿਲੇ ਟਾਈਮਾਂ ਦੇ ਵਿੱਚ ਆਪਣਾ ਬਜਟ ਬਣਾਉਣਾ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਹਿਸਾਬ ਕਿਤਾਬ ਕਰਨਾ ਕਿ ਇੰਨਾ ਕੁ ਅਸੀਂ ਕਰ ਸਕਦੇ ਹਾਂ ਇੰਨਾ ਕੁ ਨਹੀਂ ਕਰ ਸਕਦੇ ਉੰਨਾ ਕੁ ਅਸੀਂ ਕਰੀਏ, ਅਤੇ ਜਿਹੜੇ ਬਾਕੀ ਜਿਹੜੇ ਅਗਲੇ ਵੀ ਸੀ ਜਿਹੜੇ ਰਿਸ਼ਤੇਦਾਰ ਵੀ ਉਹ ਵੀ ਸਹਿਮਤ ਹੁੰਦੇ ਸੀ। ਅੱਜ ਕੱਲ੍ਹ ਕਿਉਂਕਿ ਗੱਲਾਂ ਬਾਤਾਂ ਕਰਨ ਤੋਂ ਉਹ ਵੀ ਪਤਾ ਚੱਲਿਆ ਕਿ ਜਿਹੜੇ ਅੱਜ ਕੱਲ੍ਹ ਰਿਸ਼ਤੇਦਾਰ ਆ ਅੱਗੇ ਉਹ ਲੜਕੇ ਵਾਲੇ ਸਪੈਸ਼ਲੀ ਲੜਕੀਆਂ 'ਤੇ ਪ੍ਰੈਸ਼ਰ ਜ਼ਿਆਦਾ ਦੇ ਰਹੇ ਆ ਕਿ ਉਹਨਾਂ ਨੇ ਉਹਨਾਂ ਨੂੰ ਦੂਸਰਿਆਂ ਦੀ ਰੀਸ ਕਰਨੀ ਉਹ ਤੋਂ ਵਧੀਆ ਆਪਣੇ ਲੜਕੇ ਦਾ ਵਿਆਹ ਕਰਨਾ, ਉਹ ਜ਼ਿਆਦਾ ਪ੍ਰੈਸ਼ਰ ਕਰ ਰਹੇ ਆ ਲੜਕੀਆਂ 'ਤੇ ਕਿ ਇਸ ਤਰ੍ਹਾਂ ਦਾ ਹਾਲ ਚਾਹੀਦਾ ਇਸ ਤਰ੍ਹਾਂ ਦੇ। ਨਹੀਂ ਉਹ ਤਾਂ ਗੱਲ ਮੈਂ ਤੁਹਾਨੂੰ ਕਰਦੇ ਹਾਂ, ਅੱਜ ਕੱਲ੍ਹ ਹੁਣ ਉਹ ਟਾਈਮ ਨਹੀਂ ਰਹਿ ਗਏ ਜੀ, ਤੁਸੀਂ ਉਹਨਾਂ ਪ੍ਰੈਸ਼ਰ ਲਵੋ, ਮਤਲਬ ਇਹ ਹੈ ਕਿ ਉਹ ਪ੍ਰੈਸ਼ਰ ਲਵੋ ਜਿਹੜਾ ਤੁਸੀਂ ਹੈਂਡਲ ਕਰ ਸਕੋ। ਹਾਂਜੀ, ਦੇਖਿਆ ਇਹੀ ਤਾਂ ਇਹ ਟੌਪਿਕ ਰੱਖਿਆ ਕਿ ਜਿਹੜੀ ਰੀਸ ਦੇ ਨਾਲ ਲੋਕ ਅੱਗੇ ਜਿਹੜੇ ਅਫੋਰਡ ਕਰ ਸਕਦੇ ਨਹੀਂ ਵੀ ਉਹ ਵੀ ਕਰਜ਼ੇ ਚੱਕ ਚੱਕ ਕੇ ਆਪਣੇ ਡੈਟ ਦੇ ਥੱਲੇ ਆ ਕੇ ਉਹ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਉਹ ਇਹ ਵੀ ਹੈ ਪਰਮਿੰਦਰ ਜੀ ਕਿ ਪਹਿਲੇ ਜਿਹੜੇ ਟਾਈਮ ਹੁੰਦੇ ਸੀ ਨਾ ਉਹਨਾਂ ਵਿੱਚ ਡੈਟ ਬਹੁਤ ਕੀ ਕਹਿੰਦੇ ਆ ਜਾਂ ਲੋਨਸ ਬੜਾ ਇੱਕ ਫੀਅਰਫੁਲ ਵਰਡ ਸੀਗਾ। ਹਾਂਜੀ, ਕੋਈ ਬਜ਼ੁਰਗ ਘਰ ਦਾ ਜਾਣਾ ਨਹੀਂ ਚਾਹੁੰਦਾ ਸੀਗਾ, ਪਰ ਅੱਜ ਕੱਲ੍ਹ ਉਹ ਇਹ ਕਹਿੰਦੇ ਆ ਕੋਈ ਨਹੀਂ ਲੋਨ ਚੱਕ ਲਓ। ਹਾਂਜੀ, ਲੋਨ ਚੱਕ ਕੇ ਕੋਈ ਚੀਜ਼। ਹਾਂਜੀ, ਕੀ ਕਹਿੰਦੇ ਆ ਜਿੱਦਾਂ ਅਸੀਂ ਲੋਕਾਂ ਨੇ ਆਪਣੀ ਕ੍ਰੈਡਿਟ ਕਾਰਡਸ ਕੀਤੇ ਹੋਏ ਨੇ ਉਹ ਖਰਚਣ ਵੇਲੇ ਅਸੀਂ ਇਹ ਨਹੀਂ ਸੋਚਦੇ, ਅਸੀਂ ਸੋਚਦੇ ਹਾਂ ਕਿ ਇਹ ਅਵੇਲੇਬਲ ਹੈਗੀ ਹੈ, ਪਰ ਇਹ ਨਹੀਂ ਸੋਚਦੇ ਉਹਦਾ ਫਿਊਚਰ ਸਾਡੇ ਤੇ ਕੀ ਇੰਪੈਕਟ ਪੈਣਾ। ਕਈ ਵਾਰੀ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਬੈਂਕ 'ਚ ਇੰਨੇ ਪੈਸੇ ਹੈਗੇ ਆ ਕਿ ਨਹੀਂ, ਓਵਰਡਰਾਫਟ ਹੋ ਕੇ ਫਿਰ ਉਹ ਦੇ ਨਹੀਂ ਸਕਦੇ ਫਿਰ ਅੱਗੇ ਡਰ ਜਾਂਦੇ ਆ। ਆਪਣੇ ਵਿਊਰਸ ਨੂੰ ਇਹ ਕਹਿ ਦਈਏ ਕਿ ਤੁਸੀਂ ਆਪਣੇ ਜ਼ਰੂਰ ਵਿਚਾਰ ਤੁਹਾਡੀ ਸੋਚ ਕੇ ਅੱਜ ਦੇ ਜਿਹੜਾ ਸਾਡਾ ਟੌਪਿਕ ਹੈ ਕਿ ਅਸੀਂ ਇੱਕ ਦੂਜੇ ਦੀ ਰੀਸ ਜਿਹੜੀ ਆ ਅੱਜ ਕੱਲ੍ਹ ਬਹੁਤ ਕਰ ਰਹੇ ਹਾਂ, ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਆ ਕਿ ਗਲਤ ਆ, ਕਿ ਹੋ ਰਹੀ ਆ ਕਿ ਨਹੀਂ ਹੋ ਰਹੀ ਆ, ਤੁਸੀਂ ਕੀ ਸੋਚਦੇ ਆ ਪਰਿਵਾਰਾਂ 'ਤੇ ਬੱਚਿਆਂ 'ਤੇ ਕੀ ਇਫੈਕਟ ਪੈ ਰਿਹਾ ਆ। ਅਤੇ ਅੱਗੇ ਜਦੋਂ ਅਸੀਂ ਆਪਣੇ ਬੱਚੇ ਵਿਆਹਦੇ ਹਾਂ ਫਿਰ ਅੱਗੇ ਜਦੋਂ ਸਾਨੂੰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਜਦੋਂ ਤੁਸੀਂ ਇਸ ਤਰ੍ਹਾਂ ਕਿਸੇ ਦੇ ਨਾਲ ਸੋਰਟ ਆਫ ਕੰਪੀਟੀਸ਼ਨ ਰੀਸ ਕਰਨੀ ਫਿਰ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਹੁਣ ਪਿੱਛੇ ਨਹੀਂ ਹਟਣਾ ਅੱਗੇ ਤੱਕ ਪਹੁੰਚਣਾ ਆ। ਉਹ ਕਿੱਥੇ ਨਾ ਕਿੱਥੋਂ ਹਾਂਜੀ ਈਗੋ ਬਣ ਜਾਂਦੀ ਆ ਨਾ ਤੁਹਾਡੀ, ਉਹ ਅੱਜ ਕੱਲ੍ਹ ਕੀ ਕਹਿੰਦੇ ਤੁਸੀਂ ਲਗਾ ਲਓ ਕਿ ਈਗੋ ਬਹੁਤ ਜ਼ਿਆਦਾ ਜੀ, ਕਿ ਇੱਕ ਕਹਿ ਲਓ ਕਿ ਕੀ ਕਹਿੰਦੇ ਮਾਇੰਡ ਸੈਟ ਜਿਹੜਾ ਨਾ ਉਹ ਇਸ ਵੱਲ ਬਹੁਤ ਜ਼ਿਆਦਾ ਆ ਗਿਆ ਕਿ ਕੰਪੈਟੀਟਿਵਨੈਸ ਬਹੁਤ ਜ਼ਿਆਦਾ ਹੈਗੀ ਹੈ ਵੀ ਉਹਨੇ ਲੈ ਲਿਆ ਮੈਂ ਵੀ ਕਿਸੇ ਤਰ੍ਹਾਂ ਲੈ ਲਾਂ, ਮੈਂ ਵੀ ਆਪਣੀ ਅਬਿਲਿਟੀ ਪ੍ਰੂਵ ਕਰ ਦੇਵਾਂ ਜੀ। ਪਹਿਲੇ ਟਾਈਮਾਂ 'ਚ ਇੰਨਾ ਨਹੀਂ ਹੁੰਦਾ ਸੀ, ਪਹਿਲੇ ਟਾਈਮਾਂ 'ਚ ਰਿਸ਼ਤਿਆਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਸੀ, ਤਾਂ ਹੀ ਉਹ ਜਿਹੜੇ ਰਿਸ਼ਤੇ ਵੀ ਹੈਗੇ ਆ ਉਹ ਕਿਤੇ ਨਾ ਕਿਤੇ ਕਾਫੀ ਸਟਰੋਂਗ ਸੀਗੇ, ਸਟਰੋਂਗ ਸੀ ਇਹ ਵੀ ਇੱਕ, ਹਾਂਜੀ ਇਹ ਵੀ ਬੌਂਡ ਕਾਫੀ ਸੀਗਾ, ਪਰ ਅੱਜ ਕੱਲ੍ਹ ਜਿਹੜੇ ਰਿਸ਼ਤੇ ਆ ਨਾ ਉਹ ਦਿਖਾਵੇ ਦੇ ਜ਼ਿਆਦਾ, ਠੀਕ ਹੈ, ਮਤਲਬ ਇੱਕ ਭੈਣ ਭਰਾ ਦਾ ਵੀ ਰਿਸ਼ਤਾ ਲੈ ਲਓ, ਪਹਿਲੇ ਜਿੱਦਾਂ ਟਾਈਮਾਂ 'ਚ ਹੁੰਦਾ ਸੀ ਮੈਂ ਇਹ ਨਹੀਂ ਕਹਿੰਦੀ ਕਿ ਉਹ ਫੇਅਰ ਸੀਗਾ ਜੀ, ਪਰ ਕਿਤੇ ਨਾ ਕਿਤੇ ਭਰਾਵਾਂ ਨੂੰ ਲੱਗਦਾ ਸੀ ਭੈਣਾਂ ਬਹੁਤ, ਅੱਜ ਕੱਲ੍ਹ ਕਿਤੇ ਨਾ ਕਿਤੇ ਭੈਣ ਭਰਾ ਦੇ ਰਿਸ਼ਤੇ ਵੀ ਉਹ ਨਹੀਂ ਰਹਿ ਗਏ,
ਜੇ ਭੈਣਾਂ ਨੂੰ ਵੀ ਬਰਾਬਰ ਕਰਨਾ ਪੈਂਦਾ ਜੇ ਭਰਾ ਕਰਦੇ ਆ ਜੀ ਹਾਂ ਮਤਲਬ ਉਹ ਨਹੀਂ ਹੈਗਾ ਪਹਿਲਾਂ ਤਾਂ ਬੇਟੀਆਂ ਦਾ ਲੈਂਦੇ ਵੀ ਨਹੀਂ ਸੀ ਭਰਾ ਵੀ ਨਹੀਂ ਲੈਂਦੇ ਸੀ ਪੇਰੈਂਟਸ ਵੀ ਨਹੀਂ ਲੈਂਦੇ ਸੀ ਅੱਜ ਕੱਲ੍ਹ ਤਾਂ ਬਰਾਬਰ ਉਹੀ ਗੱਲਾਂ ਜਿੱਦਾਂ ਤੁਸੀਂ ਕਹਿੰਦੇ ਕਿ ਅਗਰ ਤੁਹਾਨੂੰ ਉਹ ਦਿੰਦੇ ਤਾਂ ਤੁਹਾਨੂੰ ਉਹ ਤੋਂ ਵੀ ਕਈ ਵਾਰੀ ਡਬਲ ਦੇਣਾ ਪੈਂਦਾ ਕਿ ਸਾਡੀ ਕੱਲ੍ਹ ਭਰਜਾਈ ਨਾ ਕਹਿ ਦੇ ਕਿ ਮੈਂ ਦੇ ਰਹੇ ਆਪਣੀਆਂ ਭੈਣਾਂ ਨੂੰ ਇਹਦਾ ਹੁੰਦਾ ਵੀ ਹੈ ਹੋ ਵੀ ਰਹੀਆਂ ਕਿਉਂਕਿ ਇਹੀ ਇਸੇ ਕਰਕੇ ਅਸੀਂ ਇਹ ਅੱਜ ਦਾ ਟੌਪਿਕ ਰੱਖਿਆ ਕਿ ਅੱਜ ਕੱਲ੍ਹ ਜਿਹੜੇ ਰਿਸ਼ਤੇ ਭੈਣਾਂ ਭਰਾਵਾਂ ਵਿੱਚ ਵੀ ਅੱਜ ਕੱਲ੍ਹ ਕੰਪੀਟੀਸ਼ਨ ਅਤੇ ਜਿਹੜੀ ਇੱਕ ਦੂਜੇ ਦੀ ਰੀਸ ਹੋਣ ਲੱਗ ਪਈ ਆ ਉਹਦਾ ਕੀ ਇਫੈਕਟ ਪੈ ਰਿਹਾ ਆ ਸਾਡੇ ਰਿਸ਼ਤੇ ਜਿਹੜੇ ਅਸੀਂ ਮਜ਼ਬੂਤ ਹੋਣ ਦੀ ਜਗ੍ਹਾ ਜਿਹੜੇ ਉਹ ਕਮਜ਼ੋਰ ਹੁੰਦੇ ਜਾ ਰਹੇ ਆ ਤੁਸੀਂ ਕੀ ਸੋਚਦੇ ਆ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ ਬਾਰੇ ਵਿੱਚ ਜ਼ਰੂਰ ਆਪਣੇ ਵਿਚਾਰ ਆਪਣੇ 'ਚ ਜ਼ਰੂਰ ਸਾਡੇ ਨਾਲ ਅਤੇ ਸਾਡੇ ਜਿਹੜੇ ਬਾਕੀ ਦਰਸ਼ਕ ਉਹਨਾਂ ਨਾਲ ਤੁਸੀਂ ਸ਼ੇਅਰ ਕਰੋ ਟੀਨਾ ਜੀ ਜਿੱਦਾਂ ਕਿ ਇਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿੱਦਾਂ ਕਿ ਤੁਸੀਂ ਕਹਿ ਰਹੇ ਸੀਗੇ ਕਿ ਸਾਡੇ ਜਿਹੜੇ ਰਿਸ਼ਤੇ ਆ ਕਾਫੀ ਕਮਜ਼ੋਰ ਹੁੰਦੇ ਜਾ ਰਹੇ ਆ ਹਾਂਜੀ ਬਿਲਕੁਲ ਕਿਉਂਕਿ ਤੁਸੀਂ ਅਗਰ ਜੀ ਕੀ ਕਹਿੰਦੇ ਆ ਪਹਿਲੇ ਟਾਈਮਾਂ ਦੇ ਅੰਦਰ ਜੀ ਠੀਕ ਹੈ ਜੇ ਚਾਰ ਬੱਚੇ ਸੀਗੇ ਉਹ ਚਾਰੋ ਇੱਕ ਘਰ 'ਚ ਰਹਿੰਦੇ ਸੀ ਇੱਕ ਛੱਤ ਦੇ ਥੱਲੇ ਰਹਿੰਦੇ ਸੀਗੇ ਜੀ ਜੋ ਘਰ ਦੇ ਵੱਡੇ ਬਜ਼ੁਰਗ ਹੁੰਦੇ ਸੀ ਉਹ ਇੱਕ ਤਰ੍ਹਾਂ ਦੀ ਡਿਸੀਜਨ ਮੇਕਿੰਗ ਕਰਦੇ ਸੀ ਜੁਆਇੰਟ ਫੈਮਿਲੀਜ਼ ਕਾਫੀ ਸੀਗੀਆਂ ਜੀ ਅੱਜ ਕੱਲ੍ਹ ਡਿਊ ਟੂ ਵੋਟ ਐਵਰ ਰੀਜ਼ਨਸ ਜੁਆਇੰਟ ਫੈਮਿਲੀ ਸਿਸਟਮਸ ਕਾਫੀ ਘੱਟ ਗਏ ਨੇ ਠੀਕ ਹੈ ਕਿਤੇ ਨਾ ਕਿਤੇ ਨਿਊਕਲੀਅਰ ਫੈਮਿਲੀਜ਼ ਵੱਧਦੀਆਂ ਜਾ ਰਹੀਆਂ ਜੋ ਕਿ ਕੋਈ ਉਹ ਵੀ ਨਹੀਂ ਹੈਗਾ ਨਿਊਕਲੀਅਰ ਫੈਮਿਲੀਜ਼ ਦੇ ਅੰਦਰ ਜਿੱਦਾਂ ਭੈਣ ਭਰਾ ਇੱਕ ਦੂਜੇ ਦਾ ਜਿਹੜਾ ਸਟੇਟਸ ਹੈ ਜਾਂ ਸਟੈਂਡਰਡ ਆਫ ਲਿਵਿੰਗ ਹੈ ਜੀ ਠੀਕ ਹੈ ਹੁਣ ਆਪਾਂ ਇੱਕ ਦੂਜੇ ਦੇ ਘਰ ਜਾਈਦਾ ਦੇਖੀਦਾ ਉਹਦੇ ਘਰ ਇਹ ਚੀਜ਼ ਨਾਈਸ ਹੈ ਪਰ ਅਸੀਂ ਇਹ ਨਹੀਂ ਦੇਖਦੇ ਕਿ ਉਹਦੀ ਇਨਕਮਿੰਗਸ ਕੀ ਹੈ ਜਾਂ ਉਹ ਕਿੱਦਾਂ ਹਾਂ ਜੀ ਉਹ ਜ਼ਰੂਰ ਕਰਦੇ ਆ ਅਸੀਂ ਦਰਸ਼ਕਾਂ ਨੂੰ ਵੀ ਹਾਂ ਜੀ ਦੱਸ ਦਈਏ ਉਹ ਸਾਨੂੰ ਇਹ ਹੁੰਦਾ ਵੀ ਉਹਦੇ ਘਰ ਲੈ ਕੇ ਆਈਏ ਅਸੀਂ ਇਹੀ ਅੱਜ ਦਾ ਟੌਪਿਕ ਹੈ ਕਿ ਜਿਹੜੀ ਰੀਸ ਆ ਜਦੋਂ ਤੁਸੀਂ ਕਿਸੇ ਦੇ ਘਰ 'ਚ ਵੀ ਜਾਂਦੇ ਆ ਕਿ ਦਰਸ਼ਕ ਜਿਹੜੇ ਆ ਜ਼ਰੂਰ ਆਪਾਂ ਕਾਲ ਕਰਕੇ ਦੱਸਣ ਕਿ ਕੀ ਤੁਹਾਨੂੰ ਵੀ ਲੱਗਦਾ ਆ ਅਗਰ ਤੁਸੀਂ ਵੀ ਕਰ ਇੱਦਾਂ ਕੀਤਾ ਤਾਂ ਤੁਸੀਂ ਵੀ ਆਪਣੇ ਸ਼ੇਅਰ ਕਰ ਸਕਦੇ ਹੋ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈਗੀ ਕਿਉਂਕਿ ਇਹ ਚੰਗੀ ਆ ਜਾਂ ਮਾੜੀ ਆ ਤੁਸੀਂ ਜ਼ਰੂਰ ਕਾਲ ਕਰਕੇ ਸਾਨੂੰ ਆਪਣੇ ਜਿਹੜੇ ਵਿਚਾਰ ਆ ਆਪਣੇ ਅਗਰ ਤੁਹਾਡਾ ਕਿਸੇ ਹੋਰ ਵਿੱਚ ਐਕਸਪੀਰੀਅੰਸ ਰਿਹਾ ਤੁਹਾਡੇ ਨਾਲ ਕਿਸੇ ਨੇ ਇੱਦਾਂ ਜੀ ਹਾਂਜੀ ਹਾਂਜੀ ਕਈ ਵਾਰੀ ਇੱਦਾਂ ਹੁੰਦਾ ਨਾ ਤੁਸੀਂ ਕਿਸੇ ਤੁਹਾਡੇ ਘਰ ਕੋਈ ਆਇਆ ਜਦੋਂ ਤੁਸੀਂ ਨੈਕਸਟ ਟਾਈਮ ਜਾਂਦੇ ਆ ਤੁਸੀਂ ਉਹ ਚੀਜ਼ ਉਹਨਾਂ ਦੇ ਘਰ ਵੀ ਦੇਖਦੇ ਆ ਅਗਰ ਇਸ ਤਰ੍ਹਾਂ ਵੀ ਹੋਇਆ ਲੋਕ ਬਹੁਤ ਇੱਕ ਦੂਜੇ ਦੀ ਅੱਜ ਕੱਲ੍ਹ ਰੀਸ ਕਰ ਰਹੇ ਆ ਇਹ ਆਮ ਦੇਖਣ ਨੂੰ ਮਿਲ ਰਿਹਾ ਅਤੇ ਆਪਣੇ ਜਿਹੜੇ ਸਾਡੇ ਵਿਊਰਸ ਆ ਜ਼ਰੂਰ ਸਾਡੇ ਦਰਸ਼ਕ ਜ਼ਰੂਰ ਆਪਣੇ ਕਾਲ ਕਰਨ ਅਤੇ ਸਾਨੂੰ ਦੱਸਣ ਕਿ ਤੁਹਾਡੇ ਆਸ ਪਾਸ ਅਤੇ ਤੁਹਾਡੇ ਘਰਾਂ ਦੇ ਵਿੱਚ ਜਾਂ ਤੁਹਾਡੇ ਨਾਲ ਕਿਸੇ ਨੇ ਇਸ ਤਰ੍ਹਾਂ ਕੀਤਾ ਤਾਂ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰਨ ਕਾਲ ਆ ਗਈ ਆ ਜੀ ਦੇਖਦੇ ਹਾਂ ਕੌਣ ਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਜੀ ਮੈਂ ਜਗਿੰਦਰ ਕੌਰ ਬਰਮਿੰਘਮ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਵਿਆਹਾਂ ਦੇ ਟੋਪਾਂ ਦੇ ਬਹੁਤ ਸੋਹਣਾ ਨਾਈਸ ਟੋਪ ਰੱਖਿਆ ਹਾਂਜੀ ਮੈਂ ਤੁਹਾਨੂੰ ਹੁਣ ਦੱਸਾਂ ਜਿਹੜਾ ਪਹਿਲੀਆਂ ਚ ਹੁੰਦਾ ਸੀ ਵਿਆਹ ਨਾ ਕਰਦੇ ਸਿਆਣੇ ਬੁੜੇ ਹਾਂਜੀ ਉਦੋਂ ਜਨੇਤਾ ਨੂੰ ਸ਼ੱਕਰ ਘੇ ਪਾਉਂਦੇ ਸੀਗੇ ਜੀ ਜਾਂ ਫਿਰ ਸ਼ੱਕਰ ਘੇ ਤੋਂ ਬਾਅਦ ਫਿਰ ਖੰਡ ਘੇ ਬੋਲਣਾ ਪੈ ਜੀ ਬਾਅਦ ਵਾਲੀ ਗਾਲ ਖੰਡ ਘੇ ਤੋਂ ਬਾਅਦ ਲੱਡੂ ਜਲੇਬੀ ਪੈਣ ਲੱਗ ਪਏ ਠੀਕ ਜਿਹੜੇ ਇਹ ਖਰਚੇ ਸੀ ਇਹ ਵਾਧੇ ਨਾ ਸੀ ਬਹੁਤ ਤਿੰਨ ਤਿੰਨ ਦਿਨ ਜਨੇਤਾ ਖਰਚ ਨਾ ਸੀ ਵਾਧਾ ਹੁੰਦਾ ਹਾਂਜੀ ਜਿਹੜਾ ਵਿਆਹ ਕਰਦੇ ਸੀ ਚਾਨਣੀ ਲਾ ਕੇ ਵਿਆਹ ਕਰਨ ਵਾਲਾ ਘਰੇ ਖਰਚਣਾ ਸੀ ਹੁੰਦਾ ਹਾਂਜੀ ਪਿੰਡ ਦੀ ਚਾਨਣੀ ਹੁੰਦੀ ਸੀਗੀ ਹਾਂਜੀ ਤੇ ਉਹ ਕੋਈ ਖਰਚਾ ਨਾ ਸੀ ਪਿੰਡ ਦੇ ਵਿੱਚ ਸਾਰੇ ਵਿਆਹ ਕਰਦੇ ਸੀ ਹੁਣ ਮੁੰਡਿਆਂ ਵਾਲੇ ਕਹਿੰਦੇ ਲੈਣਾ ਦੇਣਾ ਨੀ ਅਸੀਂ ਹਾਂਜੀ ਲੈਣ ਦੇਣ ਇਹ ਕਰਦੇ ਅੱਜ ਤੋਂ ਵਾਹਲਾ ਸੀ ਵਿਚੋਂ ਕਹਿੰਦੇ ਨਹੀਂ ਲੈਣਾ ਦੇਣਾ ਤਾਂ ਉਹ ਜ਼ਿਆਦਾ ਕਹਿੰਦੇ ਨਹੀਂ ਲੈਣਾ ਹਾਂਜੀ ਪਾਸ ਹੋ ਰਿਹਾ ਜੇ ਅਗਲਾ ਘਰੋਂ ਆਇਆ ਮੋੜ ਦੇਖਦੇ ਘਰ ਨੂੰ ਜਿਹੜਾ ਅੱਗੇ ਕਹਿੰਦਾ ਹੁੰਦੇ ਸੀ ਹੈ ਨਾ ਜਿਹੜਾ ਅਸੀਂ ਲੈਣਾ ਨੇ ਹਾਂਜੀ ਜੇ ਕਿਸੇ ਦੇ ਗੱਠ ਬੰਨ ਕੇ ਜਾਂਦਾ ਸੀ ਅਗਲਾ ਆਪਣੇ ਘਰੋਂ ਮੋੜ ਦਿੰਦਾ ਸੀ ਵੀ ਸਾਨੂੰ ਨਹੀਂ ਲੋੜ ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਹਾਂਜੀ ਮਤਲਬ ਲੋਕੀ ਗੁਪਤ ਦੇ ਮਤਲਬ ਲੈ ਰਹੇ ਅੱਜ ਕੱਲ ਗੁਪਤ ਲੈ ਰਹੇ ਆ ਹਾਂਜੀ ਦੂਸਰਾ ਜਿਹੜਾ ਪੈਲਸਾਂ ਦਾ ਇੰਨਾ ਖਰਚਾ ਕਰਦੇ ਆ ਜੀ ਵੀ ਤੋਂ ਬਾਹਲਾ ਖਰਚ ਕਰਦੇ ਪੈਲਸਾਂ ਦਾ ਉਹ ਫਿਰ ਜੇ ਲੈਣ ਦੇਣ ਦਾ ਕੀ ਮਤਲਬ ਹੋਇਆ 400 ਬੰਦਾ ਜਨੇਤ ਦਾ ਲੈ ਜਾਂਦਾ ਇਕੱਠਾ ਕਰਕੇ ਉਹ ਕਾਹਦੇ ਲਈ ਲਿਆਉਂਦੇ ਉਹਦੀ ਕਣਕ ਬੱਝਣੀ ਹੁੰਦੀ ਆ ਹਾਂਜੀ ਕਣਕ ਕਣਕ ਬੱਝਣੀ ਹੁੰਦੀ ਆ ਜਿਹੜਾ ਫਿਰ ਇਕੱਠਾ ਕਰਕੇ ਲੈ ਆਉਂਦੇ ਆ ਭੈਣ ਜੀ ਤੁਹਾਡਾ ਕਹਿਣੇ ਦਾ ਮਤਲਬ ਇਹ ਰੀਸ ਚੱਲ ਪਈ ਆ ਇੱਦਾਂ ਰੀਸਾਂ ਚੱਲ ਪਈਆਂ ਹਾਂਜੀ ਉਹ ਕਹਿੰਦਾ ਮੈਂ ਵੱਡਾ ਆ ਉਹ ਕਹਿੰਦਾ ਮੈਂ ਵੱਡਾ ਕਰਜ਼ੇ ਚੱਕ ਹੁੰਦੇ ਪਾ ਜੀ ਕਰਜ਼ੇ ਇਹ ਸ਼ਹਿਰ 'ਚ ਲਾਏ ਜਾਂਦੇ ਆ ਹਾਂਜੀ ਜਿਹੜੇ ਖੇਤੀਬਾੜੀ ਦਾ ਪਾ ਜੀ ਲੋਕਾਂ ਨੂੰ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ ਪਾਣੀ ਮੁੱਕ ਗਿਆ ਹਾਂਜੀ ਇਹ ਇੰਨਾ ਸਾਡੇ ਏਰੀਆ 'ਚ ਝੋਨਾ ਕੋਈ ਨਾ ਸੀ ਬੀਜਦਾ ਹਾਂਜੀ ਉਹ ਨਹੀਂ ਸੀ ਬੀਜਦੇ ਪਹਿਲਾਂ ਹੁਣ ਤਾਂ ਆਮ ਯੂਪੀ 'ਚ ਹਾਂਜੀ ਯੂਪੀ ਵਾਲਾ ਬੀਜਦੇ ਸੀ ਸਾਡੇ ਨਾ ਕੋਈ ਨਾ ਬੀਜਿਆ ਜਾਂ ਸੀਰੋ ਵਾਲ 'ਚ ਬੀਜਦੇ ਸੀਗੇ ਹਾਂਜੀ ਜਿੰਨਾ ਹੁਣ ਝੋਨੇ ਨੂੰ ਪਾਣੀ ਜਾਂਦਾ ਤਾਂ ਪਾਣੀ ਕੀ ਕਰੂਗਾ ਥੱਲੇ ਕਿੱਥੋਂ ਆਈ ਜਾਊਗਾ
ਮਤਲਬ ਇਹ ਜਿਹੜੀ ਰੀਸ ਹੈ ਇਹਨਾਂ ਨੇ ਰੀਸ ਪਾ ਲਈ ਜਿਹੜਾ ਹੁਣ ਝੋਨੇ ਬੀਜ ਰਹੇ ਆ ਕਿਉਂ ਬੀਜਣ ਦਿੰਦੀ ਗੌਰਮੈਂਟ ਹਾਂਜੀ ਜੀ ਜਿੱਥੇ ਜ਼ਿਆਦਾ ਪਾਣੀ ਲੱਗਦਾ ਖਰਚਾ ਹੁੰਦਾ ਉਸ ਚੀਜ਼ ਨੂੰ ਤੁਸੀਂ ਘਟਾਵੋ ਹਾਂਜੀ ਤਾਂ ਫੇਰ ਕਹਿੰਦੇ ਆ ਖੁਦਕਸ਼ੀਆਂ ਕਰਦੇ ਆ ਜਾਂ ਕਰਜ਼ੇ ਤੁਸੀਂ ਚਲਾਉਂਦੇ ਆ ਖੁਦਕਸ਼ੀਆਂ ਫੇਰ ਕਰਦੇ ਫੇਰ ਗੌਰਮੈਂਟ ਨੂੰ ਆਰਾਮਾ ਦਿੰਦੇ ਕਿਉਂ ਦਿੰਦੇ ਇਹ ਹਾਂਜੀ ਤੁਹਾਡਾ ਬਹੁਤ ਵੀਰਾ ਪਾਉਂਦੇ ਵਧੀਆ ਤੇ ਵਧੀਆ ਹਾਂਜੀ ਖਾਣ ਬੱਧੀ ਪਾ ਮੱਚਾ ਜੀ ਨਾ ਖਾਣ ਹਾਂਜੀ ਕੱਪੜਾ ਵਧੀਆ ਪਾ ਹੋਵੇ ਰੀਸ ਰੀਸ ਚੱਲ ਪਈ ਸ਼ਹਿਰਾਂ ਚ ਜਾਣ ਦੀ ਹਾਂਜੀ ਇਹ ਜਿਹੜੇ ਖਰਚੇ ਵਧਾ ਹੋ ਜਾਂਦੇ ਘਟਾਉਣੇ ਬੜੇ ਔਖੇ ਆ ਹਾਂਜੀ ਕੀ ਕਹਿਣਾ ਕੀ ਜਾਉਂਗੇ ਤੁਸੀਂ ਕੀ ਕਰਨਾ ਚਾਹੀਦਾ ਇਹ ਘਟਾਉਣੇ ਚਾਹੀਦੇ ਆ ਹਾਂਜੀ ਗੱਲਾਂ ਚਾਦਰ ਦੇਖ ਕੇ ਪੈਰ ਵਸਾਈਏ ਚਾਦਰ ਤੋਂ ਬਾਹਰ ਪੈਰ ਨਾ ਕਰੀਏ ਜਿੰਨੀ ਕੁ ਸਾਡੀ ਜਾਇਦਾਦ ਆ ਅਸੀਂ ਓਨਾ ਹੀ ਖਰਚ ਕਰੀਏ ਉਦੋਂ ਵਾਧੂ ਨਾ ਕਰੀਏ ਹਾਂਜੀ ਨਿਆਣੇ ਲੋਕੀ 20-25 ਲੱਖ ਇਕੱਠਾ ਕਰਕੇ ਤਾਂ ਬਾਹਰ ਨੂੰ ਨਿਆਣੇ ਕੱਢਦੇ ਆ ਉਹ 25 ਲੱਖ ਦੀ ਦੁਕਾਨ ਨੀ ਲੈ ਕੇ ਦੇ ਸਕਦੇ ਮਾਪੇ ਮੁੰਡੇ ਨੂੰ ਦੁਕਾਨ ਤੇ ਬੈਠ ਹਾਂਜੀ ਕਿੰਨੇ ਮਾਪ ਨੇ ਜਿਹੜੇ ਬੱਚਿਆਂ ਦੀ ਜਾਨ ਵੀ ਗਈ ਆ ਤੁਹਾਨੂੰ ਪਤਾ ਹੋਣਾ ਜਾਂਦੀ ਆ ਤੇ ਇੱਧਰ ਇੰਗਲੈਂਡ ਚ ਜਾਂ ਹੋਰ ਮੁਲਕ ਚ ਆਇਆ ਨੇ ਕਿੰਨੀ ਕੁ ਨਿਆਣਿਆਂ ਦੀ ਕਰ ਰਿਹਾ ਹੁਣ ਜਿੰਦਗੀ ਹੋਰ ਵੀ ਵਧੀਆ ਹੋਵੇ ਤਾਂ ਬਾਹਰ ਜਿੰਦਗੀ ਇੰਡੀਆ ਦੀ ਚੰਗੀ ਆ ਓਨੀ ਜਿੰਦਗੀ ਬਾਹਰਲੇ ਮੁਲਕਾਂ ਦੀ ਨੀ ਚੰਗੀ ਰੋਟੀ ਜ਼ਰੂਰ ਚੰਗੀ ਲੋਕਾਂ ਨੂੰ ਮਿਲਦੀ ਹੋਊਗੀ ਜਿੰਦਗੀ ਨੀ ਚੰਗੀ ਹਾਂਜੀ ਚਲੋ ਥੈਂਕ ਯੂ ਸੋ ਮਚ ਜੀ ਆਪਣੇ ਬਹੁਤ ਵਧੀਆ ਵਿਚਾਰ ਸਾਰਾ ਹੀ ਤੁਸੀਂ ਤਾਂ ਕਵਰ ਕਰਤਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਬਹੁਤ ਧੰਨਵਾਦ ਭੈਣ ਜੀ ਨੇ ਵੈਸੇ ਹਰ ਇੱਕ ਫੀਲਡ 'ਤੇ ਇਹਨਾਂ ਨੇ ਗੱਲਬਾਤ ਕਰਤੇ ਖੁਦਕਸ਼ੀਆਂ 'ਤੇ ਜ਼ਮੀਨਾਂ 'ਤੇ ਜੋ ਉੱਥੇ ਫਸਲਾਂ ਬੀਜਦੇ ਆ ਦੇਖੋ ਕਿੰਨੀ ਵਧੀਆ ਕੀਤੀ ਕਿ ਇਹ ਰੀਸਾਂ ਪੈ ਗਈਆਂ ਪਹਿਲਾਂ ਵਿਆਹ ਕਿੱਦਾਂ ਹੁੰਦੇ ਸੀ ਚਾਨਣੀ ਲਾ ਕੇ ਪਿੰਡ 'ਚ ਕਰ ਦਿੰਦੇ ਸੀਗੇ ਅਤੇ ਪੈਲਸ ਨਹੀਂ ਸੀ ਖਰਚੇ ਘੱਟ ਹੁੰਦੇ ਸੀ ਇਹ ਰੀਸ ਕਰਕੇ ਸਾਰਾ ਕੁਛ ਅੱਗੇ ਗਿਆ ਉਹਨਾਂ ਦੇਖਿਆ ਜਾਏ ਅਰਬਨ ਲਾਈਫ ਕਾਫੀ ਚੇਂਜ ਹੋ ਗਈ ਹੈ ਹਾਂਜੀ ਠੀਕ ਹੈ ਪਹਿਲੇ ਸਿੰਪਲਿਸਿਟੀ ਜ਼ਿਆਦਾ ਹੁੰਦੀ ਸੀ ਜੀ ਅੱਜ ਕੱਲ੍ਹ ਤੁਸੀਂ ਮੀਡੀਆ ਕਰਕੇ ਲਾ ਲਓ ਜਾਂ ਜਿੱਦਾਂ ਫੇਸਬੁੱਕ ਸੋਸ਼ਲ ਨੈਟਵਰਕ ਟੀਵੀ ਵੀ ਨਹੀਂ ਹੁੰਦੇ ਸੀ ਟੀਵੀ ਤੋਂ ਪਹਿਲਾਂ ਚੱਲਿਆ ਅੱਗੇ ਤੋਂ ਬਿਲਕੁਲ ਔਰ ਅਗਰ ਟਵੀਟ ਟੀਵੀ ਹੁੰਦੇ ਵੀ ਸੀਗੇ ਬੜੇ ਮਿਨੀਮਲ ਜੇ ਪ੍ਰੋਗਰਾਮਸ ਹੁੰਦੇ ਸੀ ਮਤਲਬ ਉਹ ਜ਼ਿਆਦਾਤਰ ਨਿਊਜ਼ ਆਉਂਦੀ ਸੀ ਨਿਊਜ਼ ਆਉਂਦੀ ਸੀ ਜਾਂ ਅੱਜ ਕੱਲ੍ਹ ਤੁਸੀਂ ਦੇਖ ਲਓ ਸੋਪਸ ਹੈਗੇ ਆ ਇੰਨੇ ਸੋਪਸ ਹੈਗੇ ਆ ਕੋਈ ਨਾ ਕੋਈ ਤੁਸੀਂ ਉਹ ਫੋਲੋ ਕਰਦੇ ਹੋ ਫਿਰ ਤੁਸੀਂ ਕਿਸੇ ਨਾ ਕਿਸੇ ਚੀਜ਼ ਨੂੰ ਅਟਰੈਕਟ ਵੀ ਹੁੰਦੇ ਹੋ ਤਾਂ ਕਿਤੇ ਜਿਹੜੇ ਤੁਸੀਂ ਲਾਈਫ ਸਟਾਈਲ ਚੋਇਸਿਸ ਹੈ ਜਾਂ ਤੁਹਾਡੀ ਕਿਤੇ ਨਾ ਕਿਤੇ ਪਹਿਰਾਵਾ ਹੈ ਤੁਸੀਂ ਕਿਸੇ ਨਾ ਕਿਸੇ ਨੂੰ ਫੋਲੋ ਕਰਦੇ ਹੋ ਨੈਕਸਟ ਕਾਲ ਦੇਖਦੇ ਹਾਂ ਜੀ ਕੌਣ ਹੈ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੋਂ ਬੋਲਦੇ ਜੀ ਹਾਂਜੀ ਮੈਂ ਸਾਊਥ ਲੰਡਨ ਤੋਂ ਬੋਲ ਰਿਹਾ ਹਾਂਜੀ ਕੌਣ ਬੋਲ ਰਿਹਾ ਜੀ ਹਾਂ ਅਜੀਤ ਸਿੰਘ ਜੀ ਅੱਛਾ ਜੀ ਕੀ ਕਹਿਣਾ ਚਾਹੋਗੇ ਅੱਜ ਮੈਂ ਇੰਨਾ ਕਹਿਣਾ ਚਾਹੁੰਦਾ ਮੈਂ ਰੀਸੈਂਟਲੀ ਸੁਣਿਆ ਹੁਣ ਜਿਹੜੇ ਜੰਜ ਚ ਲੈ ਕੇ ਜਾਂਦੇ ਨਾ ਬੰਦੇ ਆਪਣੇ ਹਾਂਜੀ ਇਹਦੀ ਇਹਦੀ ਜਿਹੜੀ ਓਰਿਜਨੈਲਿਟੀ ਆ ਨਾ ਉਹ ਸੀਗੀ ਕਿ ਵੀ ਪ੍ਰਾਸਨ ਦਿਨਾਂ ਦੇ ਵਿੱਚ ਨਾ ਉਹ ਡਾਕੂ ਬਹੁਤ ਹੁੰਦੇ ਸੀਗੇ ਰਸਤੇ 'ਚ ਜਦੋਂ ਡੋਲੀ ਭੇਜਦੇ ਹੁੰਦੇ ਸੀ ਨਾ ਕੁੜੀ ਵਾਲੇ ਹਾਂਜੀ ਤੇ ਉਹਨਾਂ ਦੇ ਰੱਖਿਆ ਵਾਸਤੇ ਲੁੱਟ ਨਾ ਲੈਣ ਕੋਈ ਡਾਕੂ ਰਸਤੇ 'ਚ ਲੁੱਟ ਨਾ ਲੈਣ ਜੀ ਵੇ ਇਸ ਕਰਕੇ ਹੁਣ ਅੱਜ ਕੱਲ੍ਹ ਤਾਂ ਮਾਹੌਲ ਹੀ ਮਤਲਬ ਜਿੱਦਾਂ ਕਹਿ ਲਓ ਵੀ ਬਣਾ ਲਿਆ ਨਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਕੀ ਕਰਨਾ ਚਾਹੀਦਾ ਹਾਂਜੀ ਮਤਲਬ 11 ਬੰਦੇ ਬਥੇਰੇ ਆ 11 ਬੰਦੇ ਫਿਰ ਤੁਸੀਂ ਅੱਛਾ ਜੀ ਬਹੁਤ ਬਹੁਤ ਜਿਹੜੀ ਪ੍ਰੈਸ਼ਰ ਬੁੱਪ ਆਇਆ ਆਪਣਾ ਬੰਦਿਆਂ ਨੇ ਮਤਲਬ ਇਹ ਰੀਸ ਇੱਕ ਦੂਜੇ ਦੇ ਕਰ ਰਹੇ ਆ ਕਿ ਕੀ ਹੋ ਰਿਹਾ ਰੀਸ ਹਾਂਜੀ ਦੇਖੋ ਦੇਖੀ ਕਰਦੇ ਫਿਰ ਨਾਲੇ ਇੱਕ ਗੱਲ ਹੋ ਰਿਹਾ ਹਾਂਜੀ ਤੇ ਪੈਸੇ ਹੁਣ ਜ਼ਿਆਦੇ ਆ ਤਾਂ ਫਿਰ ਈਗੋ ਵੀ ਵੱਧ ਗਈ ਉਹ ਹਾਂਜੀ ਪ੍ਰੋਬਲਮ ਇਹੀ ਹੈ ਨਿਆਣੇ ਆ ਜ਼ਿਆਦੇ ਤਾਂ ਵੈਸੇ ਤਾਂ ਕਰਦੇ ਜਿਹੜੇ ਆ ਪੈਲਸ ਉਹੀ ਨਾ ਪੇਰੈਂਟਸ ਫਿਰ ਕਿਥੇ ਨਾ ਕਿਥੇ ਇਨਫਲੂਐਂਸ ਵੀ ਹੈ ਪਿੱਛੇ ਜਣੀ ਬੈਕ ਸੀਟ ਆ ਉਹਨਾਂ ਦੀ ਮਤਲਬ ਹਾਂਜੀ ਪੁੱਛਦਾ ਹੀ ਨਹੀਂ ਕੋਈ ਤੁਸੀਂ ਕਹਿਣਾ ਕੀ ਚਾਹੋਗੇ ਵੀ 11 ਮੈਂ ਕਹਿਣਾ ਇਦਾਂ ਵੀ ਚਾਹਾਂ ਹਾਂਜੀ ਸਾਡੇ ਵੀ ਇੱਕ ਹੈਗਾ ਵਿਆਹ ਤੇ ਉਹ ਉਹਨਾਂ ਨੇ ਕੜਮਾਈ ਵੀ ਜਿਹੜੀ ਹੁੰਦੀ ਸੀਗੀ ਨਾ ਉਹ ਜਸਟ ਟੂ ਕਿੱਦਾਂ ਕਹਿੰਦੇ ਵੀ ਜਾਨੀ ਚੈੱਕ ਕਰਨਾ ਹੁੰਦਾ ਸੀਗਾ ਵਿਆਹ ਤੋਂ ਪਹਿਲਾਂ ਕਿਵੇਂ ਕਿੱਦਾਂ ਦੇ ਤੇ ਉਹ ਜੁਦੀ ਕਰਦੇ ਆ ਫਿਰ ਕੋਰਟ ਮੈਰਿਜ ਜੁਦੀ ਕਰਦੇ ਆ ਤੇ ਫਿਰ ਵਿਆਹ ਦਾ ਜਿਹੜਾ ਮੇਨ ਹੁੰਦਾ ਉਹ ਜੁਦੀ ਕਰਦੇ ਆ ਉਹ ਅੰਡਰ ਵਨ ਰੂਫ ਹੀ ਕਰਨ ਲੈਣਾ ਚਾਹੀਦਾ ਮਤਲਬ ਇੱਕ ਹਾਂਜੀ ਇੱਕ ਜਗ੍ਹਾ ਸਾਰਾ ਕੁਝ ਕਰਨਾ ਚਾਹੀਦਾ ਉਹਦੇ ਨਾਲ ਕਾਫੀ ਵਧੀਆ ਹੋ ਸਕਦਾ ਇਹ ਹੈਗਾ ਕਿ ਹਰ ਇੱਕ ਦੀ ਇੰਡੀ ਕੰਫਰਟੇਬਲੀ ਕੋਈ ਕਰ ਸਕਦਾ ਵਾਈ ਨਾਟ ਜਿੱਦਾਂ ਹੁਣ ਵੈਸਟਰਨ ਕਲਚਰ ਨੂੰ ਫੋਲੋ ਕਰਦੇ ਆ ਹੁਣ ਉਹ ਕਹਿੰਦੇ ਉਹ ਜਿਹੜੇ ਕੋਰਟ ਮੈਰਿਜ ਆ ਨਾ ਉਹ ਵੀ ਗੱਜ ਗਜਾ ਕੇ ਮਤਲਬ ਪਤਾ ਨਹੀਂ ਕੋਈ ਵੈਡਿੰਗ ਬ੍ਰੇਕਫਾਸਟ ਹੁੰਦਾ 5 ਵਜੇ ਸ਼ਾਮ ਨੂੰ ਫਿਰ ਉਸ ਤੋਂ ਬਾਅਦ 8:30 ਪਾਰਟੀ ਹੋਣੀ ਟਿਲ ਲੇਟ ਅੱਛਾ ਜੀ ਬੰਦਿਆਂ ਨੇ ਉੱਥੋਂ ਕੁੜੀਆਂ ਵਾਲਿਆਂ ਨੇ ਉੱਥੋਂ ਬਰਮਿੰਗਮ ਤੋਂ ਆਉਣਾ ਹਾਂਜੀ ਫਿਰ ਵਿਆਹ ਬਰਮਿੰਗਮ ਆ ਮੁੰਡੇ ਵਾਲਿਆਂ ਨੇ ਜਾਣਾ ਤੇ ਉਹ ਅੰਡਰ ਵਨ ਰੂਫ ਸਾਰਿਆਂ ਨੂੰ ਨਾਲੇ ਆਸਾਨ ਹੋ ਜਾਂਦਾ
ਵੈਸੇ ਆ ਤੇ ਅੱਜ ਕੱਲ ਜਿਹੜੇ ਦੁਬਾਰਾ ਇਹ ਰੀਸ ਚੱਲ ਗਈ ਆ ਰੀਤ ਕਹਿ ਲੋ ਰੀਸ ਕਹਿ ਲੋ ਪਹਿਲਾਂ ਤਾਂ ਵੈਸੇ ਕਰਨ ਲੱਗ ਗਏ ਸੀ ਗੁਰਦੁਆਰੇ ਦੇ ਵਿੱਚ ਹੀ ਨਹੀਂ ਅੱਜ ਕੱਲ ਤਾਂ ਇਹ ਕਾਫੀ ਹੋ ਰਿਹਾ ਕਿ ਗੁਰਦੁਆਰਾ ਸਾਹਿਬ ਚ ਉਹਨਾਂ ਨੇ ਫੈਸਿਲਿਟੀ ਦੇ ਦਿੱਤੀ ਹੈ ਕਿ ਉੱਥੇ ਹੀ ਜਿਹੜੀ ਮੈਰਿਜ ਹੈ ਉਹਨੂੰ ਰਜਿਸਟਰ ਕਰ ਦਿੱਤਾ ਜਾਂਦਾ ਹੈ ਉਹਦਾ ਲੈਂਡ ਆਫ ਦਾ ਲਾਅ ਜਿੱਦਾਂ ਕੰਟਰੈਕਟ ਸਾਈਨ ਕਰਨਾ ਹੁੰਦਾ ਹਾਂਜੀ ਅੰਡਰ ਵਨ ਰੂਫ ਹੋ ਜਾਂਦਾ ਉਹ ਹੋ ਜਾਂਦਾ ਪਰ ਅਸੀਂ ਇਹ ਚੋਇਸ ਇਹ ਸਾਡੇ ਤੇ ਇੰਡੀਵਿਜੂਅਲ ਹਾਂਜੀ ਹਾਂਜੀ ਚਲੋ ਥੈਂਕ ਯੂ ਸੋ ਮਚ ਜੀ ਤੁਸੀਂ ਆਪਣੇ ਵਿਊਜ਼ ਸ਼ੇਅਰ ਕੀਤੇ ਥੈਂਕ ਯੂ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਵੀ ਕਹਿ ਕੇ ਗਏ ਕਿ ਅੰਡਰ ਵਨ ਰੂਫ ਅਗਰ ਹੋ ਜਾਏ ਕਿਉਂਕਿ ਅੱਜ ਕੱਲ੍ਹ ਜਿਹੜੇ ਨਾ ਰਜਿਸਟ੍ਰੇਸ਼ਨ ਅਤੇ ਬਾਕੀ ਇੰਗੇਜਮੈਂਟ ਉਹ ਵੀ ਹਾਲ ਬੁੱਕ ਕਰਦੇ ਆ ਵੈਡਿੰਗ ਜਿੰਨਾ ਖਰਚ ਕਰ ਰਹੇ ਆ ਜਿਹੜਾ ਤਾਂ ਫੈਮਿਲੀ ਕੰਫਰਟੇਬਲੀ ਕਰ ਸਕਦਾ ਫਰੈਂਡ ਹੈ ਉਹ ਤਾਂ ਚਲੋ ਕੋਈ ਨਹੀਂ ਹਾਂਜੀ ਪਰ ਜਿਹੜੇ ਵਿਚਾਰੇ ਪੋਜੀਸ਼ਨ 'ਚ ਨਹੀਂ ਹੈ ਔਰ ਬੱਚੇ ਪ੍ਰੈਸ਼ਰਾਈਜ਼ ਕਰਦੇ ਆ ਮਾਂ ਬਾਪ ਨੂੰ ਕਹਿਣੇ ਤਾਂ ਉਹੀ ਮਤਲਬ ਹੈ ਟੀਨਾ ਜੀ ਕਿਉਂਕਿ ਅਗਰ ਇੱਕ ਕਰੂਗਾ ਤਾਂ ਦੂਸਰਾ ਕਹੂਗਾ ਉਹਨੇ ਇਸ ਤਰ੍ਹਾਂ ਕੀਤਾ ਇਹ ਮੈਂ ਪੁਆਇੰਟ ਮੈਂਸ਼ਨ ਕੀਤਾ ਕਿ ਪਹਿਲੇ ਸੀਗਾ ਵੱਡੇ ਲੀਡ ਲੈਂਦੇ ਸੀਗੇ ਉਹਨਾਂ ਦੇ ਡਿੰਗ ਸੀਗੀ ਅੱਜ ਕੱਲ ਬੱਚਿਆਂ ਦੀ ਡਿਸੀਜਨ ਮੇਕਿੰਗ ਹੈਗੀ ਔਰ ਪੇਰੈਂਟਸ ਫੋਲੋ ਕਰਦੇ ਆ ਕਿਉਂਕਿ ਭੈਣ ਜੀ ਨੇ ਜਿਹੜੇ ਪਹਿਲੇ ਉਹਨਾਂ ਨੇ ਕਾਫੀ ਹੋਰ ਵੀ ਵਧੀਆ ਕਹੇ ਕਿ ਜਿੱਦਾਂ ਕਿ ਤੁਸੀਂ ਇੱਕ ਦੂਜੇ ਦੀ ਰੀਸ ਕਰਦੇ ਆ ਜਿਹੜੇ ਕੰਫਰਟੇਬਲ ਨਹੀਂ ਹੁੰਦੇ ਤੁਸੀਂ ਕੰਮ ਕਰਨੇ ਨੂੰ ਫਿਰ ਵੀ ਤੁਸੀਂ ਰੀਸ ਕਰਦੇ ਆ ਉਹ ਵੀ ਨਾਲ ਮੈਂ ਵਿਊਅਰਸ ਨੂੰ ਇਹ ਵੀ ਕਹੂੰਗੀ ਕਿ ਵਿਊਅਰਸ ਨੂੰ ਕਿਥੇ ਨਾ ਕਿਥੇ ਲੱਗਦਾ ਹੈ ਕਿ ਜਿਹੜੀ ਕਰੰਟ ਫੈਮਿਲੀ ਸਿਸਟਮ ਹੈ ਉਸ 'ਚ ਬੱਚੇ ਜਿਹੜੇ ਹੈ ਉਹ ਜ਼ਿਆਦਾ ਡਿਸੀਜਨ ਲੈਂਦੇ ਲੋਕ ਕਰਦੇ ਹੈ ਆਪਣੇ ਵਿਊਜ਼ ਐਕਸਪੀਰੀਅੰਸਿਸ ਸ਼ੇਅਰ ਕਰੋ ਪ੍ਰੋਗਰਾਮ ਸੋਚ ਤੇ ਸਾਡੇ ਨਾਲ ਜਿੱਦਾਂ ਪਰਮਿੰਦਰ ਜੀ ਤੁਸੀਂ ਦੇਖੋ ਮਤਲਬ ਅਸੀਂ ਦੇਖਦੇ ਵੀ ਹਾਂ ਕਮਿਊਨਿਟੀਜ਼ ਦੇ ਅੰਦਰ ਮਾਂ ਬਾਪ ਜਿਹੜੇ ਹੈਗੇ ਆ ਅੱਜ ਕੱਲ੍ਹ ਕਿਤੇ ਨਾ ਕਿਤੇ ਜੇ ਅਸੀਂ ਕਿਸੇ ਪਾਰਟੀ 'ਚ ਵੀ ਗਏ ਜਾਂ ਉੱਦਾਂ ਵੀ ਸੋਸ਼ਲ ਲੈਵਲ 'ਤੇ ਮਾਂ ਬਾਪ ਬੱਚਿਆਂ ਨੂੰ ਜ਼ਿਆਦਾ ਫੋਲੋ ਕਰ ਬੱਚੇ ਮਾਂ ਬਾਪ ਦੇ ਤਾਂ ਸੁਣ ਨਹੀਂ ਰਹੇ ਅੱਜ ਕੱਲ੍ਹ ਜ਼ਿਆਦਾਤਰ 90% ਤੁਹਾਨੂੰ ਪਤਾ ਹੀ ਆ ਕਿਉਂਕਿ ਇਸ ਕਰਕੇ ਉਹਨਾਂ ਨੇ ਪਹਿਲਾਂ ਆਪਣਾ ਜਦੋਂ ਪਾਰਟੀ 'ਤੇ ਜਾਣਾ ਪਹਿਲਾਂ ਤਾਂ ਸਭ ਤੋਂ ਉਹਨਾਂ ਨੇ ਦੇਖਣਾ ਵੀ ਸਾਡੇ ਜਿਹੜੇ ਕੱਪੜੇ ਆ ਉਹਨਾਂ 'ਤੇ ਜਾਂਦੇ ਜਿਹੜੀ ਮਾਂ ਬਾਪ ਦੀ ਚੁਆਇਸ ਹੋਰ ਹੁੰਦੀ ਬੱਚਿਆਂ ਦੀ ਚੁਆਇਸ ਹੁੰਦੀ ਤਾਂ ਵੀ ਨਹੀਂ ਸੁਣ ਰਹੇ ਕਿਉਂਕਿ ਹਾਂਜੀ ਮਾਂ ਬਾਪ ਨੇ ਕਿਤੇ ਨਾ ਕਿਤੇ ਬੱਚਿਆਂ ਨੂੰ ਮਾਂ ਬਾਪ ਦੀ ਆਪਣੀ ਗਲਤੀ ਆ ਉਹਨਾਂ ਨੇ ਉਹ ਬਾਉਂਡਰੀਜ਼ ਨਹੀਂ ਸਿਖਾਈਆਂ ਹਾਂ ਬਾਉਂਡਰੀਜ਼ ਤੁਸੀਂ ਸਿਖਾ ਵੀ ਲਓਗੇ ਥੋੜ੍ਹੀ ਦੇਰ ਹੀ ਚੱਲਦੀਆਂ ਅੱਜ ਕੱਲ੍ਹ ਅੱਜ ਕੱਲ੍ਹ ਜੀ ਬਾਉਂਡਰੀਜ਼ 'ਚ ਕੰਸਿਸਟੈਂਸੀ ਰਹੇ ਤਾਂ ਰਹਿੰਦੀ ਹੈ ਇੱਦਾਂ ਦੀ ਫੈਮਿਲੀਜ਼ ਇੱਦਾਂ ਦੀਆਂ ਵੀ ਹੈਗੀਆਂ ਹੈਗੀਆਂ ਬਹੁਤ ਚੀਜ਼ਾਂ ਜੀ ਤੁਸੀਂ ਅੱਜ ਕੱਲ੍ਹ ਦੇਖੋਗੇ ਫਿਰ ਵੀ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਬਾਉਂਡਰੀ 'ਚ ਓਕੇ ਜੇ ਤੁਸੀਂ ਕਹਿਣਾ ਵੀ 50 pounds ਮੈਂ ਸਪੈਂਡ ਕਰਨੇ ਆ ਇਹਦੇ 'ਤੇ ਹੈ ਨਾ ਉਸ ਤੋਂ ਬਾਅਦ ਫਿਰ ਅਗਲੇ ਕਹਿੰਦੇ ਆ ਵੀ ਆਹ ਸਾਨੂੰ ਪਸੰਦ ਆ ਥੋੜ੍ਹਾ ਅੱਗੇ ਤਾਂ ਉਹ ਹਾਂਜੀ ਅਸੀਂ ਹੁਣ ਹੋ ਚੱਲਿਆ ਜੀ ਸਾਡਾ ਬ੍ਰੇਕ ਦਾ ਟਾਈਮ ਅਤੇ ਮਿਲਦੇ ਹਾਂ ਤੁਹਾਨੂੰ ਬ੍ਰੇਕ ਤੋਂ ਬਾਅਦ ਬਾਅਦ ਇੱਕ ਵਾਰੀ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਸੋਚ ਦੇ ਵਿੱਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਜਿਹੜੀ ਲੋਕ ਰੀਸ ਕਰ ਰਹੇ ਆ ਉਹਦਾ ਸਾਡੀ ਸੁਸਾਇਟੀ 'ਤੇ ਸਾਡੇ ਬੱਚਿਆਂ 'ਤੇ ਸਾਡੇ ਪਰਿਵਾਰਾਂ 'ਤੇ ਸਾਡੇ ਰਿਸ਼ਤਿਆਂ 'ਤੇ ਕੀ ਅਸਰ ਹੋ ਰਿਹਾ ਆ ਅਤੇ ਅਸੀਂ ਟੀਨਾ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਇਹ ਭੈਣ ਜੀ ਨੇ ਕਿਹਾ ਸੀਗਾ ਕਿ ਜਿਹੜੇ ਅੱਜ ਕੱਲ੍ਹ ਮੁੰਡੇ ਲੜਕੇ ਆ ਰਹੇ ਆ ਯੰਗਸਟਰ ਜਿਹੜੇ ਆ ਰਹੇ ਬਾਹਰ ਨੂੰ ਦੌੜ ਰਹੇ ਆ ਅਤੇ ਆਪਣੇ ਪੰਜਾਬ ਦੇ ਵਿੱਚ ਕਾਫੀ ਹੈਗਾ ਆ ਕੰਮ ਜੇ ਕਰਨਾ ਹੋਵੇ ਤੇ ਇੰਨੇ ਪੈਸੇ 20,000 18,000 ਲੈ ਦੇ ਕੇ ਆ ਰਹੇ ਆ ਦੇਖਦੇ ਆ ਕਿ ਸਾਡੇ ਕਾਲਰ ਕੀ ਕਹਿੰਦੇ ਨੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਹਾਂਜੀ ਕੌਣ ਬੋਲ ਰਹੇ ਮੇਰਾ ਨਾਮ ਮੱਖਣ ਸਿੰਘ ਹੈ ਮੈਂ ਡੂਠਨ ਤੋਂ ਬੋਲਦਾ ਅੱਛਾ ਹਾਂਜੀ ਕੀ ਕਹਿਣਾ ਚਾਹੋਗੇ ਬਾਜੀ ਮੈਂ ਇਹ ਕਹਿਣਾ ਚਾਹੁੰਦਾ ਜੇ ਤੁਸੀਂ ਟਾਪਿਕ ਛੇੜਿਆ ਇਹ ਮੇਰਾ ਖਿਆਲ ਹੈ ਬੰਦ ਨਹੀਂ ਹੋਣਾ ਹਾਂਜੀ ਅਨਫੋਰਚੂਨੇਟਲੀ ਜੀ ਜੀ ਕਿ ਜਿਨ੍ਹਾਂ ਨੇ ਬੰਦ ਕਰਨਾ ਸੀ ਉਹ ਆਪ ਖੁਦ ਮੋਰੇ ਹੋ ਕੇ ਕਰ ਰਹੇ ਆ ਠੀਕ ਹੈ ਬਹੁਤ ਵਧੀਆ ਗੱਲ ਕੀਤੀ ਤੁਸੀਂ ਹੁਣ ਹਾਂਜੀ ਤੇ ਦੂਸਰੀ ਗੱਲ ਇਹ ਤੁਸੀਂ ਵਿਆਹ ਦੇ ਲੜਕੀਆਂ ਜਾਂ ਔਰਤਾਂ ਕੱਪੜੇ ਪਹਿਨਦੀਆਂ ਆ ਉਹ ਤਾਂ ਦੇਖ ਕੇ ਸ਼ਰਮ ਹੀ ਆਉਂਦੀ ਆ ਹਾਂਜੀ ਕਿਉਂਕਿ ਹੁਣ ਜਿਨ੍ਹਾਂ ਨੇ ਇਹ ਕਹਿ ਲਓ ਕਿ ਬੱਚਿਆਂ ਨੂੰ ਦੱਸਣਾ ਸੀ ਕਿ ਕੱਪੜੇ ਮੋਡੈਸਟੀ ਕੀ ਚੀਜ਼ ਹੁੰਦੀ ਆ
ਪੂਰੇ ਲਾਈ ਲੱਗ ਗਏ ਆ ਜੀ। ਸਾਡੇ ਕੋਲ ਪੰਜਾਬੀ ਵਿੱਚ ਕੋਈ ਲਾਈ ਲੱਗ ਨਹੀਂ ਹੋਣਾ, ਬਿਨਾਂ ਸੋਚੇ ਸਮਝੇ ਨਕਲ ਕਰਦੇ ਆ। ਚੁੰਨੀ ਦੀ ਰਸਮ ਮਤਲਬ ਕੀ ਆ ਜੀ, ਨਵੀਂ ਗੱਲ ਸੁਣੀ ਅੱਜ ਕੁਛ ਸਾਲਾਂ ਤੋਂ। ਵੈਸੇ ਸਾਡੇ ਤਾਂ ਹੁੰਦਾ ਵੀ ਨਹੀਂ ਸੀ ਇੰਨਾ, ਵੈਸੇ ਪਤਾ ਨਹੀਂ ਕਿੱਥੋਂ ਨਵੇਂ ਅੱਜ ਕੱਲ੍ਹ ਫੰਕਸ਼ਨ ਕੱਢੇ ਜਾਂਦੇ ਆ, ਕਰਨਾ ਵੀ ਵੱਖਰਾ ਵੱਖਰਾ ਆ। ਪੁਰਾਣੇ ਵੇਲੇ ਚ ਇੱਕੋ ਵੇਲੇ ਸਾਰਾ ਕੁਛ ਹੋ ਜਾਂਦਾ ਸੀਗਾ, ਤੇ ਹੁਣ ਪਹਿਲਾਂ ਫਿਰ ਰਜਿਸਟ੍ਰੇਸ਼ਨ ਵੀ ਕੀ ਕਰੋ। ਤੁਹਾਡਾ ਕੋਈ ਐਕਸਪੀਰੀਅੰਸ ਰਿਹਾ ਇਸ ਚੀਜ਼, ਪਰਸਨਲ ਕੋਈ ਐਕਸਪੀਰੀਅੰਸ ਹੈ ਇਸ ਦੇ ਰਿਲੇਟਡ? ਹਾਂਜੀ ਹਾਂਜੀ ਚੁੰਨੀ ਦੀ ਰਸਮ ਕਰਦੇ ਆ, ਫਿਰ ਥੋੜੇ ਹਫ਼ਤਿਆਂ ਬਾਅਦ ਫਿਰ ਰਜਿਸਟ੍ਰੇਸ਼ਨ ਹੋ ਜਾਂਦੀ ਆ, ਉਹ ਵੀ ਰਜਿਸਟ੍ਰੇਸ਼ਨ ਆਫਿਸ ਆ, ਉੱਥੇ ਫਿਰ ਪਾਰਟੀ ਕਰੋ, ਫਿਰ ਪਾਰਟੀ ਉਹ, ਤੇ ਫਿਰ ਵਿਆਹ ਵਾਲੇ ਦਿਨ ਦੀ ਪਾਰਟੀ, ਚਾਰ ਫੰਕਸ਼ਨ ਪਹਿਲੇ ਟਾਈਮਾਂ ਚ ਨਹੀਂ ਸੀਗਾ। ਤਾਂ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਗਲਤ ਹੋ ਗਿਆ ਸਾਰਾ ਕੁਛ, ਕਿ ਕਿਉਂ ਅਸੀਂ ਇੰਨੇ ਕਿਤੇ ਨਾ ਕਿਤੇ ਲੱਗਦਾ ਕਿ ਇਹ ਜਾਂ ਅਰਬਨ ਲਾਈਫ ਕਰਕੇ ਹੋਇਆ, ਜਾਂ ਜਿੱਦਾਂ ਮੀਡੀਆ ਦੇ ਮੀਡੀਆ ਦਾ ਜ਼ਿਆਦਾ ਅਸਰ ਆ। ਸਾਰੇ ਗੁਰਦੁਆਰਿਆਂ ਦੇ ਵਿੱਚ ਕਰਦੇ ਸੀ, ਹੁਣ ਫਿਰ ਦੁਬਾਰਾ ਤੋਂ ਚੱਲ ਗਿਆ ਇਹ ਜਿਹੜਾ। ਪਹਿਲੇ ਟਾਈਮਾਂ ਚ ਕਿਥੇ ਨਾ ਕਿਥੇ ਜਿਹੜੀ ਇਨਕਮਿੰਗ ਸੀਗੀਆਂ, ਬਿਕੋਜ਼ ਸਿੰਗਲ ਅਰਨਰ ਹੁੰਦਾ ਸੀਗਾ, ਘੱਟ ਹੁੰਦੀਆਂ ਸੀ। ਅੱਜ ਕੱਲ ਤੁਸੀਂ ਦੇਖ ਲਓ ਜਿੰਨੇ ਕਰਦੇ ਜੀ ਆ, ਕਿਤੇ ਨਾ ਕਿਤੇ ਸਾਡੇ ਟੀਨੇਜਰਸ ਵੀ ਅਰਨ ਕਰਦੇ ਆ, ਠੀਕ ਹੈ, ਉਹਨਾਂ ਟਾਈਮਾਂ 'ਚ ਉਹ ਵੀ ਨਹੀਂ ਕਰਦੇ ਸੀਗੇ, ਪਰ ਫਿਰ ਵੀ ਜਿਹੜੇ ਜਿੱਦਾਂ ਤੁਸੀਂ ਅਗਰ ਲਗਾ ਲਓ ਜਿਹੜੇ ਸਾਡੇ ਪਹਿਲੇ ਪੁਰਾਣੀ ਫੈਮਿਲੀ ਸੀਗੀਆਂ, ਉਹਨਾਂ ਕੋਲ ਵੈਲਥ ਵੀ ਅਸੈਟਸ ਵੀ ਜ਼ਿਆਦਾ ਹੁੰਦੇ ਸੀਗੇ, ਹੈ ਨਾ, ਸਿੰਗਲ ਅਰਨਰ ਕਰਕੇ। ਅੱਜ ਕੱਲ੍ਹ ਚਾਰ ਚਾਰ ਜੀ ਕਮਾ ਰਹੇ ਹਾਂ, ਕਿੱਥੇ ਨਾ ਕਿੱਥੇ ਤੁਸੀਂ ਪੂਰੀ ਪੈਂਦੀ। ਬਿਲਕੁਲ, ਤੁਹਾਨੂੰ ਕੀ ਲੱਗਦਾ ਜਿਹੜਾ ਸਾਡੇ ਤੇ ਇਹਦਾ ਇਫੈਕਟ ਪੈ ਰਿਹਾ? ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੀ ਕੀ ਕਹਿੰਦੇ, ਜਿੱਦਾਂ ਇਹਨਾਂ ਨੇ ਇੱਕ ਆਪਣਾ ਉਧਰ ਰੱਖਿਆ ਕਿ ਮੋਡੈਸਟੀ ਨਹੀਂ ਰਹਿ ਗਈ। ਅੱਜ ਕੱਲ ਤੁਸੀਂ ਦੇਖ ਲਓ ਕਿੰਨੀ ਜਗ੍ਹਾ ਅਸੀਂ ਦੇਖਾਂਗੇ। ਹਾਂਜੀ ਦੇਖ ਰਹੇ ਹਾਂ ਜੀ ਨਾ ਜੀ, ਕੌਣ ਆ ਨੈਕਸਟ ਕਾਲਰ? ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਬੜਾ ਸਭ ਤੁਹਾਡਾ ਪ੍ਰੋਗਰਾਮ ਚੱਲ ਰਿਹਾ। ਹਾਂਜੀ ਜੀ, ਦੇਖੋ ਬੱਚੇ ਆਪ ਕਮਾਉਂਦੇ ਨੇ, ਅਸੀਂ ਆਪਣੀ ਜ਼ਿੰਦਗੀ ਆਪ ਬਤੀਤ ਕਰੀਏ, ਉਸ 'ਚ ਕੋਈ ਪ੍ਰੋਬਲਮ ਵੀ ਨਹੀਂ ਹੈ, ਉਹਨੂੰ ਟੋਕਾਂਗੇ ਨਾ ਜਾਂ ਕੁਝ ਕਰਾਂਗੇ, ਉਹ ਜ਼ਮਾਨਾ ਚਲਾ ਗਿਆ ਸਾਡਾ ਇੰਡੀਆ ਦਾ। ਪਰ ਫਿਰ ਵੀ ਵੀ ਵਾਂਟ ਟੂ ਇੰਜੋਏ ਲਾਈਫ, ਨਹੀਂ ਦੇ ਵਾਂਟ ਟੂ ਇੰਜੋਏ ਲਾਈਫ ਵਿਦ ਇਨ ਲਿਮਿਟੇਸ਼ਨਸ। ਹਾਂਜੀ, ਥੋੜਾ ਬਹੁਤ ਤਾਂ ਲਿਮਟ ਹੋਣੀ ਚਾਹੀਦੀ ਹਰ ਇੱਕ ਚੀਜ਼ ਦੀ। ਨਹੀਂ ਉਹ ਤੇ ਬਿਲਕੁਲ ਠੀਕ ਕਹਿੰਦਾ, ਲਿਮਿਟ ਹੋਣੀ ਚਾਹੀਦੀ ਹੈ, ਵੈਸੇ ਸਾਨੂੰ ਫੈਮਿਲੀ ਨੂੰ ਜੋੜ ਕੇ ਹੀ ਰੱਖਣਾ ਚਾਹੀਦਾ ਜਿਸ ਤਰ੍ਹਾਂ ਵੀ ਹੋਵੇ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਂ ਅੰਗੂਰ ਦੀ ਦੁਕਾਨ ਤੇ ਗਿਆ ਜੀ, ਤੇ ਉਹ ਗੁੱਛੇ ਵੇਚਦਾ ਸੀ ਵੀ ਅੰਗੂਰ ਦੇ 80 ਰੁਪਏ ਕਿਲੋ, ਤੇ ਲੂਜ਼ ਜਿਹੜੇ ਅੰਗੂਰ ਸਨ ਨਾ ਨਾਲ ਪਏ ਉਹ 20 ਰੁਪਏ ਕਿਲੋ, ਤੇ ਮੈਂ ਉਹਨੂੰ ਪੁੱਛਿਆ ਬਈ ਇਹ ਅੰਗੂਰ ਤੇ ਇੱਕੋ ਹੀ ਹੈਗੇ ਨਾ, ਇਹ ਅੰਗੂਰ ਗੁੱਛੇ ਵਾਲੇ ਜਿਹੜੇ 80 ਰੁਪਏ ਕਿਲੋ ਤੇ ਇਹ ਲੂਜ਼ ਜਿਹੜੇ 20 ਰੁਪਏ ਕਿਲੋ ਕਹਿੰਦੇ, ਦੋ ਕਿਸੇ ਫੈਮਿਲੀ 'ਚ ਬੰਦਾ ਟੁੱਟ ਜਾਂਦਾ ਨਾ ਉਹਦੀ ਵੈਲਿਊ ਘੱਟ ਜਾਂਦੀ ਹੈ। ਬਿਲਕੁਲ, ਬਹੁਤ ਅੱਛਾ ਪੁਆਇੰਟ, ਬਾਹਰ ਨਿਕਲਿਆ ਨਹੀਂ ਇਸ ਕਰਕੇ ਇਹਨਾਂ ਦੀ ਵੈਲਿਊ ਘੱਟ ਗਈ। ਸੋ ਬੱਚਿਆਂ ਨਾਲ ਅਲੱਗ ਰਹਿਣਾ ਨਾ, ਰੱਖੋ ਅੱਖਾਂ ਬੰਦ, ਰੱਖੋ ਕੰਨ ਬੰਦ, ਰੱਖੋ ਤੇ ਚੈੱਕ ਬੁੱਕ ਹੋ ਸਕੇ ਤੇ ਖੁੱਲੀ ਰੱਖੋ। ਥੈਂਕ ਯੂ ਸੋ ਮਚ। ਲੇਕਿਨ ਵੀਰ ਜੀ, ਪਰ ਫਿਰ ਵੀ ਕਈ ਬੱਚੇ ਉਹ ਰਿਸਪੈਕਟ ਨਹੀਂ ਦੇ ਰਹੇ ਆਪਣੇ ਪੇਰੈਂਟਸ ਨੂੰ, ਬਹੁਤ ਆਪਣੀ ਸੋਸਾਇਟੀ ਆਪਣੀ ਕਮਿਊਨਿਟੀ ਦੇ ਵਿੱਚ ਹੋ ਰਿਹਾ। ਅਗਰ ਤੁਸੀਂ, ਕਈਆਂ ਨੇ ਤਾਂ ਆਪਣੇ ਘਰ ਬਾਰ ਵੀ ਬੱਚਿਆਂ ਦੇ ਨਾਂ ਲਿਖ ਦਿੱਤੇ, ਫਿਰ ਵੀ ਉਹ ਆਪਣੇ ਪੇਰੈਂਟਸ ਨੂੰ ਨਹੀਂ ਦੇਖ ਰਹੇ, ਫਿਰ ਪੇਰੈਂਟਸ ਕੀ ਕਰਨ? ਪੇਰੈਂਟਸ ਟੋਕਾ ਟਾਕੀ ਬੜੀ ਕਰਦੇ ਨਾ ਇੱਥੇ, ਇਹ ਇੱਥੇ ਕਿਹੜੇ ਸੰਸੀਅਰ ਬੱਚੇ ਹੈਗੇ, ਪੇਰੈਂਟਸ ਨੂੰ ਬੜਾ ਲਵ ਕਰਦੇ। ਨਹੀਂ, ਪਰ ਮੈਨੂੰ ਇਹ ਲੱਗਦਾ ਜੋ ਮੈਂ ਆਬਜ਼ਰਵ ਕੀਤਾ, ਸ਼ਾਇਦ ਇੱਥੇ ਸਾਡਾ ਵਿਊ ਪੁਆਇੰਟ ਥੋੜ੍ਹਾ ਡਿਫਰੈਂਟ ਜਾਏਗਾ, ਕਿ ਅੱਜ ਕੱਲ੍ਹ ਦੇ ਪੇਰੈਂਟਸ, ਪਹਿਲੇ ਟਾਈਮਾਂ ਜ਼ਿਆਦਾ ਟੋਕਾ ਟਾਕੀ ਹੁੰਦੀ ਸੀ, ਅੱਜ ਕੱਲ੍ਹ ਦੇ ਪੇਰੈਂਟਸ ਦਾ ਵਿਊ ਪੁਆਇੰਟ ਤਾਂ ਕਾਫੀ ਚੇਂਜ ਹੋਇਆ ਟਾਈਮ ਨਾਲ।
ਨਹੀਂ ਬੜਾ ਅੱਛਾ ਨਾ ਜੇ ਚੇਂਜ ਕੀਤਾ ਤਾਂ, ਲੇਕਿਨ ਸਹੀ ਪੁੱਛੋ, ਬੱਚੇ ਇੱਥੇ ਦੇ ਟਰੂ ਲਵ ਕਰਦੇ ਨੇ, ਉੱਪਰ ਦਿਖਾਵਾ ਨਹੀਂ ਕਰਦੇ, ਸਿੰਸੀਅਰ ਲਵ ਕਰਦੇ ਨੇ। ਮੈਂ ਦੇਖਿਆ ਕਿ ਮੈਂ ਨੋਟਿਸ ਕਰਾਂ, ਕਈਆਂ ਜਾ ਕੇ ਦੇਖਿਆ ਕਿ ਦੇ ਆਰ ਸਿੰਸੀਅਰ ਟੂ ਪੇਰੈਂਟਸ, ਲੇਕਿਨ ਪੇਰੈਂਟਸ ਦੇ ਜ਼ਿਆਦਾ ਉਹਨਾਂ ਨੂੰ ਟੋਕਣਗੇ ਨਾ, ਉਹ ਫਿਰ ਅਵਾਇਡ ਕਰਦੇ ਨੇ, ਉਹਨਾਂ ਨੂੰ ਪਾਰਟੀ 'ਚ ਵੀ ਨਹੀਂ ਬੁਲਾਉਣਗੇ, ਕੋਲ ਵੀ ਨਹੀਂ ਬੈਠਣਗੇ, ਕੁਝ ਵੀ ਨਹੀਂ। ਜੇ ਉਹਨਾਂ ਨੂੰ ਐਜ਼ ਏ ਫਰੈਂਡ ਬੁਲਾ ਕੇ ਬੱਚੇ ਰੱਖੋ ਤਾਂ ਦੂਜਾ ਕਹਿੰਦੇ ਜੀ ਸਾਡੀ ਜ਼ਿੰਦਗੀ ਇੱਕ ਹੈਗੀ ਹੈ, ਪਤਾ ਨਹੀਂ ਕੱਲ੍ਹ ਜੀਣਾ, ਵਾਂਟ ਟੂ ਇੰਜੋਏ। ਹੁਣ ਇਸ ਤੋਂ ਅੱਗੇ ਅਸੀਂ ਉਹਨੂੰ ਕੀ ਜਵਾਬ ਦਈਏ ਬੱਚਿਆਂ ਨੂੰ? ਮਤਲਬ ਇਹ ਵੀ ਹੁੰਦਾ ਨਾ, ਕਈ ਬੱਚੇ ਇੰਜੋਏ ਕਰਦੇ ਆ ਵੀ ਅੱਜ ਜਿਹੜਾ ਹੈਗਾ ਇਹ ਸਾਰੇ ਪੈਸੇ ਖਰਚ ਲਓ, ਬਚਾਉਂਦੇ ਨਹੀਂ ਹੈਗੇ। ਇਹ ਵੀ ਬੱਚਿਆਂ ਤੇ ਬਹੁਤ ਅਸਰ ਹੋ ਰਿਹਾ ਕਿ ਜਿਹੜੇ ਪਹਿਲੇ ਪੁਰਾਣੇ ਹੁੰਦੇ ਸੀ ਆਪਣੀ, ਜਿੱਦਾਂ ਕਿ ਭੈਣ ਜੀ ਕਹਿ ਕੇ ਗਏ ਸੀ, ਚਾਦਰ ਦੇਖ ਕੇ ਪੈਰ ਬਸਾਉਂਦੇ ਸੀ। ਸੱਚ ਕਹਿੰਦੇ ਹੋ, ਪਰ ਅੱਜ ਕੱਲ ਬੜਾ, ਹਾਂਜੀ, ਉਹੀ ਕਿਤੇ ਨਾ ਕਿਤੇ ਜਿਹੜੀ ਅਰਬਨ ਲਾਈਫ ਹੈ ਉਹ ਕਾਫੀ ਚੇਂਜ ਹੋ ਚੁੱਕੀ ਹੈ, ਐਕਸਪੋਜ਼ਰਸ ਡਿਫਰੈਂਟ ਹੈ, ਲਾਈਫ ਸਟਾਈਲ ਡਿਫਰੈਂਟ ਹੈ ਪਹਿਲੇ ਟਾਈਮਾਂ ਨਾਲੋਂ। ਤੁਹਾਨੂੰ ਕੀ ਲੱਗਦਾ ਵੀਰ ਜੀ, ਵੀ ਜਿਹੜੀ ਇੱਕ ਦੂਜੇ ਦੀ ਰੀਸ ਕੰਟੀਨਿਊਜ਼ ਕਰਨੀ ਚਾਹੀਦੀ ਹੈ, ਕਰੀ ਜਾਣ? ਇਸੇ ਕਹਿੰਦੇ ਜੀ, ਅਸੀਂ ਉਹਦੀ ਘਰ ਪਾਰਟੀ ਤੇ ਖਾ ਕੇ ਆਏ ਇੰਨਾ, ਤੇ ਸਾਨੂੰ ਪਾਰਟੀ ਜ਼ਰੂਰ ਕਰਨੀ ਹੈ, ਵੀ ਹੈਵ ਟੂ ਪੇ ਇਟ ਬੈਕ। ਇਹ ਸਭ ਤੋਂ ਵੱਡੀ ਬਿਮਾਰੀ ਹੈ ਇਹਦੇ। ਮਤਲਬ ਇਹ ਹੋ ਗਈ ਨਾ, ਰੀਸ ਹੋ ਗਈ ਇੱਕ, ਉਹਨਾਂ ਨੇ ਪਾਰਟੀ ਦੇਖੀ ਹੈ, ਉਹਨਾਂ ਨੇ ਦੂਸਰਿਆਂ ਨੇ ਪਾਰਟੀ ਕੀਤੀ, ਉਹਨਾਂ ਨੇ ਕਹਿਣਾ ਉਹਦੀ ਉਹ ਤੋਂ ਵਧੀਆ ਕਰੀਏ ਅਸੀਂ। ਮੇਰੇ ਬੱਚੇ ਨੇ ਪਾਰਟੀ ਕੀਤੀ ਹੈ, ਮੈਂ ਅਗਰ ਤੁਹਾਨੂੰ ਦੱਸਾਂ ਕਿੰਨਾ ਅਮਾਊਂਟ ਖਰਚਿਆ ਨਾ, ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏ। ਬਟ ਆਈ ਕਾਂਟ ਹੋਲਡ ਹਿਮ, ਕਹਿੰਦਾ ਬੇਟਾ, ਕਹਿੰਦਾ ਮੈਂ ਕਮਾਨਾ, ਵਾਈ ਸ਼ੁਡ ਨਾਟ ਸਪੈਂਡ ਇਟ, ਦੈਟਸ ਇਟ। ਹਾਂਜੀ, ਥੈਂਕ ਯੂ ਸੋ ਮਚ ਜੀ, ਤੁਸੀਂ ਆਪਣੇ ਵਿਊਜ਼ ਲੈ ਕੇ ਆਏ, ਥੈਂਕ ਯੂ ਜੀ, ਕਿਉਂਕਿ ਉਹਨਾਂ ਦਾ ਇਹ ਤਾਂ ਵੀਰ ਜੀ ਇੱਦਾਂ ਕਹਿੰਦੇ ਹੁੰਦੇ, ਓਪਨ ਗੱਲਾਂ ਕਰਦੇ ਹੁੰਦੇ ਆ ਵੈਸੇ ਆਪਣੇ ਦਿਲ ਦੀਆਂ, ਜਿੱਦਾਂ ਜੋ ਹੈਗਾ ਆ, ਲੇਕਿਨ ਅਸੀਂ ਸਾਰੀ ਬਾਕੀ ਜਿਹੜੀ ਸਾਡੀ ਸੋਸਾਇਟੀ ਜਿਹੜਾ ਅਸਰ ਹੋ ਰਿਹਾ ਉਹਦੀ ਵੀ ਗੱਲਬਾਤ ਕਰਨੀ ਹੁੰਦੀ ਹੈ। ਦੇਖੋ ਜਿਹੜੀ ਸੋਸਾਇਟੀ ਹੈ ਨਾ, ਕੰਬੀਨੇਸ਼ਨ ਆਫ ਪੀਪਲ, ਠੀਕ ਹੈ, ਹਰ ਇੱਕ ਦਾ ਆਪਣਾ, ਜਿੱਦਾਂ ਤੁਸੀਂ ਕਹਿ ਲਓ ਹਰ ਇੱਕ ਦੇ ਆਪਣੇ ਜਿੱਦਾਂ ਫਾਈਨੈਂਸ਼ੀਅਲ ਕਮਿਟਮੈਂਟਸ ਹੈ, ਕਿਸੇ ਦੀ ਆਮਦਨ ਜ਼ਿਆਦਾ, ਕਿਸੇ ਦੀ ਘੱਟ, ਹਾਂਜੀ, ਉਹਦੇ ਮੁਤਾਬਕ ਕਰ ਰਹੇ ਆ, ਜਿਹੜਾ ਘੱਟ ਵਾਲਾ ਹੈਗਾ ਨਾ। ਲੇਕਿਨ ਅੱਜ ਕੱਲ ਇਹ ਵੀ ਹੈ ਨਾ, ਜਿਹੜੇ ਬੱਚੇ ਆ ਹੁਣ ਉਹ ਜੋ ਜਿਹੜੀ ਆ ਰਿਸਪੋਂਸੀਬਿਲਟੀਜ਼ ਨਹੀਂ ਲੈ ਰਹੇ, ਜਿਹੜੇ ਪੁਰਾਣੇ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਦੀਆਂ ਵੀ ਲਈਆਂ, ਆਪਣੀਆਂ ਜ਼ਿੰਮੇਵਾਰੀਆਂ ਪਾਈਆਂ। ਨੈਕਸਟ ਕਾਲ ਦੇਖਦੇ ਹਾਂ, ਟੀਨਾ ਜੀ ਕੌਣ ਹੈ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਚਾਹ ਸੁਣ ਰਿਹਾ ਸੀ। ਮੇਰਾ ਨਾਮ ਗੁਰਦੇਵ ਸਿੰਘ ਬੁਲੇ ਤੋਂ ਜੀ। ਜੀ, ਕੀ ਕਹਿਣਾ ਚਾਹੋਗੇ ਵੀਰ ਜੀ? ਆਪਣੇ ਜਿਹੜੇ ਵਿਚਾਰ ਹੋ ਰਹੇ ਨੇ ਕਿ ਕਾਲਰ ਵੀ ਠੀਕ ਬੋਲੇ ਨੇ, ਬਹੁਤ ਵਧੀਆ ਜੀ। ਹਾਂਜੀ, ਇਹ ਜੇ ਆਪਾਂ ਇਹ ਕਹੀਏ ਨਾ, ਇਹ ਪ੍ਰੋਬਲਮ ਨਹੀਂ ਹੈ। ਹਾਂਜੀ, ਪ੍ਰੋਬਲਮ ਤਾਂ ਹੈਗੀ ਆ। ਹਾਂਜੀ, ਕਿਉਂਕਿ ਜਿਹੜਾ ਅਸੀਂ ਆ ਸਿੰਘ ਸਭਾ ਸੀ, ਭਈ ਸਮਾਂ ਬਦਲ ਗਿਆ ਜਾਂ ਕੁਛ ਵੀ ਆ, ਪਰ ਇਹਦੇ ਨਾਲ ਜਿਹੜੀਆਂ ਸਾਨੂੰ ਪ੍ਰੋਬਲਮਸ ਹੁੰਦੀਆਂ, ਖਾਸ ਕਰਕੇ ਬਜ਼ੁਰਗਾਂ ਨੂੰ, ਹਾਂਜੀ, ਆਪਣੇ ਮਾਤਾ ਪਿਤਾ ਨੂੰ ਉਧਰ ਅਸੀਂ ਘੱਟ ਧਿਆਨ ਰੱਖਦੇ ਹਾਂ। ਹਾਂਜੀ, ਉਹਦਾ ਮਤਲਬ ਕੀ ਆ, ਕਈ ਕੇਸ ਅਸੀਂ ਐਸੇ ਦੇਖੇ ਨੇ, ਭਾਵੇਂ ਬੱਚੇ ਬਹੁਤ ਕਮਾਉਂਦੇ ਨੇ, ਹਾਂਜੀ, ਪਰ ਉਹ ਫਿਊਚਰ ਨਹੀਂ ਦੇਖਦੇ ਵੀ ਤੁਹਾਨੂੰ ਪੈਸੇ ਦੀ ਲੋੜ ਆ, ਬਸ ਮਕਾਨ, ਬਿਲਕੁਲ ਦੇ ਲਿਵ ਫੋਰ ਟੂਡੇ, ਹੈ ਨਹੀਂ, ਉਹ ਜਿੱਦਾਂ ਅੱਜ ਚ ਜੀਣਾ ਚਾਹੁੰਦੇ ਆ। ਹਾਂਜੀ, ਉਹ ਇਹ ਦੇਖਦੇ ਨੇ ਵੀ ਮੈਂ ਅੱਜ, ਮੇਰੀ ਵਿਆਹ ਸ਼ਾਦੀ ਬੜੇ ਸ਼ਾਮ ਨੂੰ ਸ਼ੌਕਤ ਨਾਲ ਹੋਵੇ, ਹਾਂਜੀ, ਤੇ ਗਾਂ ਦਾ ਦੇਖੀ ਜਾਓ, ਕੋਈ ਗੱਲ ਨਹੀਂ। ਜਿਹੜੇ ਸਾਡੇ ਪਹਿਲੇ ਬਜ਼ੁਰਗ ਹੁੰਦੇ ਸੀ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਫਿਊਚਰ ਜੋੜ ਲਈਏ, ਫਿਊਚਰ ਸਿਕਿਉਰ ਕਰ ਲਈਏ। ਹਾਂ, ਉਸ ਟੋਟਲ ਜ਼ਿੰਮੇਵਾਰੀ ਜਿਹੜੀ ਸੀ ਨਾ, ਹਾਂਜੀ, ਉਹ ਜ਼ਿੰਮੇ ਆਪਣੇ ਬਜ਼ੁਰਗਾਂ ਤੇ ਹੁੰਦੀ, ਆਪਣੇ ਮਾਤਾ ਪਿਤਾ ਤੇ, ਤੇ ਬੱਚੇ ਘੱਟ ਇਹ ਸੋਚਦੇ ਸੀ, ਉਹ ਕਹਿੰਦੇ ਵੀ ਜਿਸ ਤਰ੍ਹਾਂ ਬਜ਼ੁਰਗ ਕਰ ਲੈਣਗੇ ਉਹ ਹੀ ਠੀਕ ਆ। ਬਿਲਕੁਲ, ਤੇ ਹੁਣ ਟਾਈਮ ਬਦਲ ਗਿਆ, ਐਸੇ ਕੇਸਿਸ ਵੀ ਦੇਖਣ ਵਿੱਚ ਆਏ ਨੇ ਕਿ ਪਹਿਲਾਂ ਦੇਖੋ ਦੇਖੀ ਰੀਸੋਂ ਕਰਦੇ ਆ ਨਾ, ਪੈਸਾ ਕਾਫੀ, ਅੱਜ ਤਾਂ ਜਿਹੜੇ ਆਮ ਕਮਿਊਨਿਟੀ ਸੈਂਟਰ ਛੱਡ ਕੇ ਨਾ, ਹਾਂਜੀ, ਲੰਡਨ ਦੇ ਜਿਹੜੇ ਵੱਡੇ ਹੋਟਲ ਨੇ, ਹਾਂਜੀ, ਉਹਨਾਂ 'ਚ ਜਾ ਕੇ ਪਾਰਟੀਆਂ ਜਾਂ ਜਿਹੜੀਆਂ ਹੁੰਦੀਆਂ ਨਾ, ਔਰ ਉਹ ਬਹੁਤ ਕੋਸਟ ਕਰਦੇ ਨੇ, ਹਾਂਜੀ, 30-40 ਹਜ਼ਾਰ ਪਾਉਣਾ ਲੰਡਨ 'ਚ, ਐਸੇ ਕੇਸਿਸ ਦੇਖਿਆ ਜੀ। ਹੁੰਦਾ ਕਿਆ ਹੁੰਦਾ ਕਿ ਤਾਂ ਵੀ ਉਸਲੇ ਤਾਂ ਠੀਕ ਆ, ਵਾਹ 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 ਹੋ ਜਾਂਦੀ ਆ, ਵੀਡੀਓ ਸਾਰਾ ਕੁਛ ਬਣ ਜਾਂਦਾ, ਬਾਅਦ 'ਚ ਜਦੋਂ ਲੜਕੀ ਜਾਂ ਨੂੰਹ ਘਰ ਆ ਜਾਂਦੀ ਆ ਤੇ ਉਹ ਉਹਨਾਂ ਦੇ ਜਿਹੜੇ ਹਾਲਾਤ ਆ ਉਹ ਬਦਲ ਜਾਂਦੇ ਨੇ, ਮਾਂ ਬਾਪ ਨਾਲ ਉਹਨਾਂ ਨਾਲ ਜਿਹੜਾ ਹੈ ਗੱਲਬਾਤ ਸਹੀ ਨਹੀਂ ਰਹਿੰਦੀ। ਬਿਲਕੁਲ, ਤੁਸੀਂ ਬਹੁਤ ਅੱਛਾ ਲੈ ਕੇ ਆਏ, ਕਿਉਂਕਿ ਅਫਸੋਸ ਬਾਅਦ 'ਚ ਉਹ ਫਿਰ ਚਾਹੁੰਦੇ ਅਸੀਂ ਰਹਿਣਾ ਨਹੀਂ ਤੁਹਾਡੇ ਨਾਲ ਤੇ ਮਕਾਨ ਲੈਣਾ, ਠੀਕ ਆ ਜੀ ਜੀ। ਅੱਛਾ, ਫੇਰ ਉਹ ਮੈਂ ਜੇ ਲਫ਼ਜ਼ ਵਰਤਵਾਂ, ਉਹ ਫੇਰ ਵੀ ਮਾਂ ਪਿਓ ਜੀ ਨੂੰ ਗਲੇ ਨੂੰ ਘੁੱਟਦੇ ਕਹਿਣਾ, ਭਾਵ ਉਹਨਾਂ ਨੂੰ ਪ੍ਰੈਸ ਕਰਦੇ ਨੇ ਵੀ ਅਸੀਂ ਹੁਣ ਮਕਾਨ ਲੈਣਾ ਤੇ ਸਾਨੂੰ ਡਿਪੋਜ਼ਿਟ ਆ। ਬਿਲਕੁਲ ਬਿਲਕੁਲ, ਔਰ ਕਈ ਨਾ ਕਈ ਸਿਚੁਏਸ਼ਨਸ ਇਦਾਂ ਵੀ ਹੁੰਦਾ, ਹਲੇ ਵਿਆਹ ਦੇ ਖਰਚਿਆਂ ਤੋਂ ਤੁਸੀਂ ਉਹ ਨਹੀਂ ਹੁੰਦੇ ਤਾਂ ਬੱਚੇ ਕਹਿੰਦੇ ਬੰਨ ਨਹੀਂ ਰਹੀ, ਡਿਵੋਰਸ ਕਰੋ। ਕਿੱਥੇ ਨਾ ਕਿੱਥੇ ਇਹ ਵੀ ਤਾਂ ਹੋ ਰਿਹਾ ਅੱਜ ਕੱਲ੍ਹ, ਨਹੀਂ ਹਾਂਜੀ, ਕੀ ਰਿਲੇਸ਼ਨਸ਼ਿਪ ਬ੍ਰੇਕਡਾਊਨ ਵੀ ਹੋ ਜਾਂਦੇ ਆ ਇੰਨਾ ਖਰਚਾ ਕਰਕੇ। ਅਫਸੋਸ ਦੀ ਗੱਲ ਇਹ ਆ ਵੀ ਆਪਾਂ ਜਿਹੜੇ ਮਾਂ ਬਾਪ ਆ
ਉਹਨਾਂ ਦੀ ਲਾਈਫ ਕਿੱਦਾਂ ਉਹ ਸਾਰੀ ਉਮਰ ਕਮਾਉਂਦੇ ਰਹੇ ਤੇ ਬਾਅਦ ਚੋਂ ਬੱਚੇ ਆਏ ਤਾਂ ਉਹਨਾਂ ਨੂੰ ਵੀ ਫਿਰ ਪ੍ਰੋਬਲਮ ਜਾਂ ਉਹ ਤਾਂ ਹੈਪੀ ਹੋਏ ਨਾ ਉਹਨਾਂ ਦੀ ਜਿਹੜੀ ਪੀਸਫੁਲ ਲਾਈਫ ਆ ਗੁਰਦੁਆਰਾ ਦੇਖਿਆ ਉਹ ਉਹਨਾਂ ਦੇ ਚਿਹਰਿਆਂ ਤੇ ਹੈਪੀਨੈਸ ਨੀ ਆਉਂਦੀ ਐਜੂਕੇਸ਼ਨ ਨਹੀਂ ਸੀ ਪਰ ਜੇ ਉਹ ਇਕਨੋਮੀਕਲ ਸੋਚਦੇ ਆ ਜਿਹੜਾ ਉਹ ਪੈਸਾ ਆਪਾਂ ਇੰਨਾ ਬਰਬਾਦ ਕਰਦੇ ਆ ਸਿਰਫ ਇੱਕ ਦੋ ਦਿਨ ਲਈ ਵਾਹਵਾ ਵਾਹਵਾ ਲਈ ਜੇ ਉਹਨੂੰ ਸੇਵ ਕਰ ਲਓ ਥੋੜਾ ਸਿੰਪਲ ਬਣਾ ਕੇ ਪਹਿਲੇ ਜਿਹੜੀ ਐਜੂਕੇਸ਼ਨ ਇੰਨੀ ਨਹੀਂ ਸੀਗੀ ਪਰ ਜਿਹੜੀ ਥਿੰਕਿੰਗ ਸੀਗੀ ਨਾ ਕਾਫੀ ਡੀਪ ਰੂਟਡ ਸੀ ਦੇਖਦੇ ਆ ਟਿੰਨਾ ਜੀ ਕੌਣ ਹੈਗੇ ਨੇ ਅਗਲੇ ਕੋਲ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਦੁਬਾਰਾ ਇਸ ਕਰਕੇ ਆਇਆ ਕਿ ਪਹਿਲੇ ਜ਼ਮਾਨੇ ਲੋਕੀ ਕਹਿੰਦੇ ਸੀ ਕਿ ਇਸ ਤਰ੍ਹਾਂ ਕਮਾਓ ਕਿ ਪਾਪ ਨਾ ਹੋ ਜਾਏ ਇਸ ਤਰ੍ਹਾਂ ਖਰਚਾ ਕਰੋ ਕਿ ਕਰਜ਼ ਨਾ ਹੋ ਜਾਏ ਇਸ ਤਰ੍ਹਾਂ ਖਾਓ ਕਿ ਤੁਸੀਂ ਬਿਮਾਰ ਨਾ ਹੋ ਜਾਓ ਇਸ ਤਰ੍ਹਾਂ ਨਾ ਬੋਲੋ ਕਿ ਕਲੇਸ਼ ਨਾ ਹੋ ਜਾਏ ਇਸ ਤਰ੍ਹਾਂ ਨਾ ਚੱਲੋ ਕਿ ਦੇਰ ਨਾ ਹੋ ਜਾਏ ਇਸ ਤਰ੍ਹਾਂ ਨਾ ਸੋਚੋ ਕਿ ਤੁਹਾਨੂੰ ਚਿੰਤਾ ਹੋ ਜਾਏ ਬਾਕੀ ਅੱਜ ਕੱਲ੍ਹ ਤੇ ਫਲਾਈਟਾਂ ਫੁੱਲ ਲੈ ਕੇ ਜਾਂਦੇ ਪਏ ਸਾਡੇ ਮੈਨਚੈਸਟਰ 'ਚ ਬੱਸ ਤੇ ਪਾਰਟੀ ਜਾਂ ਕੋਈ ਪਾਰਟੀ ਹੁੰਦੀ ਨਾ ਫਲਾਈਟ ਪੂਰੀ ਬੁੱਕ ਕਰਕੇ ਅੱਗੇ ਹੋਟਲ ਪੂਰਾ ਬੁੱਕ ਕੇ ਸਾਰਾ ਪੇ ਕਰਕੇ ਤੇ ਇੰਜੋਏ ਪੇ ਕਰਦੇ ਕਿਉਂਕਿ ਹੁਣ ਰੋਕ ਨਹੀਂ ਸਕਦੇ ਕਹਿੰਦੇ ਜੀ ਵੀ ਆਰ ਮੇਕਿੰਗ ਮਨੀ ਵੀ ਵਾਂਟ ਟੂ ਸਪੈਂਡ ਮਨੀ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਿਉਂਕਿ ਕਈਆਂ ਲੋਕਾਂ ਕੋਲ ਬਰਨ ਕਰਨ ਨੂੰ ਪੈਸੇ ਹੁੰਦੇ ਆ ਉਹ ਫਿਰ ਆਪਣਾ ਹੀ ਸੋਚਦੇ ਕਿ ਸਾਡੀ ਬੱਲੇ ਬੱਲੇ ਹੋਏ ਲੇਕਿਨ ਕਈ ਵਾਰੀ ਉਹਨਾਂ ਉਹ ਲੋਕੀ ਕਿਸੇ ਦੇ ਹੋਰ ਦੀ ਹੈਲਪ ਨਹੀਂ ਕਰ ਸਕਦੇ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਪਹਿਲੇ ਉਹਨਾਂ ਨੇ ਕਾਫੀ ਲੋਕਾਂ ਦੇ ਕਈ ਵਾਰੀ ਪਿੰਡਾਂ 'ਚ ਜਾ ਕੇ ਗਰੀਬਾਂ ਦੇ ਜਾਂ ਵਿਆਹ ਵੀ ਕਰਦੇ ਸੀ ਸੋਚਦੀ ਸੀ ਨਾ ਉਹ ਡਿਫਰੈਂਟ ਸੀਗੀ ਉਹ ਸੋਚਦੀ ਸੀਗੀ ਇੱਕ ਦੂਸਰੇ ਦੀ ਹੈਲਪ ਕਰਨ ਦੀ ਹੈਲਪ ਕਰਨੀ ਹਾਂਜੀ ਬਚਾਉਣਾ ਵੀ ਅੱਜ ਕੱਲ੍ਹ ਦੀ ਜਿਹੜੀ ਸੋਚਨੀ ਹੈ ਉਹ ਸੈਲਫਿਸ਼ ਹੈ ਸੈਲਫਿਸ਼ ਆ ਹਾਂਜੀ ਇਹ ਡਿਫਰੈਂਟ ਕਾਫੀ ਜ਼ਿਆਦਾ ਜਿੱਦਾਂ ਇਹਨਾਂ ਵੀਰ ਜੀ ਨੇ ਹੁਣੇ ਗੱਲ ਕੀਤੀ ਕਿ ਉਹ ਲੋਕੀ ਹਾਈ ਸੁਸਾਇਟੀ ਦੇ ਚੱਲ ਗਏ ਲੇਕਿਨ ਉਹ ਤੁਸੀਂ ਉਹਨਾਂ ਤੋਂ ਉਦਾਂ ਪੈਸੇ ਮੰਗੋ ਨਾ ਕਿ ਹੈਲਪ ਕਰ ਦਿਓ ਕਦੀ ਤੁਹਾਨੂੰ ਹੈਲਪ ਨਹੀਂ ਕਰੂਗੇ ਕਿਉਂਕਿ ਉਹ ਆਪਣੇ ਆਪ ਨੂੰ ਉਹ ਵੀ ਨਹੀਂ ਪਰਮਿੰਦਰ ਜੀ ਅਗਰ ਤੁਸੀਂ ਦੇਖਿਆ ਜਾਏ ਕਿ ਕਹਿੰਦੇ ਆ ਜਿੱਦਾਂ ਉਹ ਕਹਿ ਰਹੇ ਸੀਗੇ ਜਿਹੜੇ ਪਹਿਲੇ ਆਏ ਸੀਗੇ ਇਹਨਾਂ ਤੋਂ ਹਾਂਜੀ ਦੇਖਦੇ ਹਾਂ ਟੀਨਾ ਜੀ ਹੋਰ ਕਿਹੜੇ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਜੀ ਭੈਣ ਜੀ ਮੈਂ ਥਲਿਸਟ ਤੋਂ ਬੋਲ ਰਿਹਾ ਬਲਵੀਰ ਬਸਰਾ ਮੇਰਾ ਨਾਂ ਆ ਹਾਂਜੀ ਜੀ ਭੈਣ ਜੀ ਮੈਂ ਹਾਂ ਜਿਹੜੇ ਟੋਪਿਕ ਤੇ ਤੁਸੀਂ ਗੱਲ ਕਰ ਰਹੇ ਹੈਗੇ ਆ ਮੈਂ ਇਹਨੂੰ ਇੱਕ ਸ਼ਾਇਦ ਮੈਂ ਕਲਮਬੱਧ ਕੀਤਾ ਹੈਗਾ ਹਾਂ ਜੀ ਤੇ ਇੱਕ ਛੋਟੇ ਗੀਤ ਦੇ ਤੌਰ ਤੇ ਮੈਂ ਸੁਣਾਉਂਗਾ ਜੇ ਇਜਾਜ਼ਤ ਹੋਵੇ ਤਾਂ ਹਾਂਜੀ ਸੁਣਾ ਦਿਓ ਜੀ ਤੁਸੀਂ ਅਸੀਂ ਆਮ ਤੌਰ ਤੇ ਦੇਖਿਆ ਹੈਗਾ ਮੁਹੱਲਿਆਂ ਤੋਂ ਪਿੰਡ ਬਣ ਗਏ ਪਿੰਡਾਂ ਤੋਂ ਸ਼ਹਿਰ ਸ਼ਹਿਰਾਂ ਤੋਂ ਜਿਸ ਤਰ੍ਹਾਂ ਕਹਿ ਲਓ ਵੀ ਦੇਸ਼ ਬਣ ਗਏ ਬੜੇ ਬੜੇ ਜੇ ਕੋਈ ਚੀਜ਼ ਘਟੀ ਆ ਉਹ ਇੱਕ ਚੀਜ਼ ਘਟੀ ਆ ਉਹ ਜਿਹੜੀ ਮੈਂ ਅੱਜ ਕੱਲ੍ਹ ਇਹਦੀ ਮਤਲਬ ਬਹੁਤ ਨਹੀਂ ਹੋ ਰਹੀ ਹੈਗੀ ਮੈਂ ਪੇਸ਼ ਕਰ ਰਿਹਾ ਜੀ ਜੀ ਹਾਂ ਹੁਣ ਮੁਹੱਲਿਆਂ ਤੋਂ ਬਣ ਗਏ ਨੇ ਪਿੰਡ ਮਹੱਲਿਆਂ ਤੋਂ ਬਣ ਗਏ ਨੇ ਪਿੰਡ ਪਿੰਡਾਂ ਤੋਂ ਅੱਜ ਸ਼ਹਿਰ ਬਣ ਗਏ ਇਸ ਪਿਆਰ ਦੀਆਂ ਦੇਖ ਲਓ ਤਰੱਕੀਆਂ ਹੋਏ ਆਪਣੇ ਹੀ ਗੈਰ ਬਣ ਗਏ ਮਹੱਲਿਆਂ ਤੋਂ ਬਣ ਗਏ ਨੇ ਪਿੰਡ ਪਿੰਡਾਂ ਤੋਂ ਅੱਜ ਸ਼ਹਿਰ ਬਣ ਗਏ ਇਸ ਪਿਆਰ ਦੀਆਂ ਦੇਖ ਲਓ ਹੋਏ ਆਪਣੇ ਹੀ ਗੈਰ ਬਣ ਗਏ ਬੜੇ ਟੱਬਰ ਦਾ ਜੋ ਮੁਖੀਆ ਕਹਾਉਂਦਾ ਸੀ ਅੱਜ ਉਸ ਬਾਪੂ ਨੂੰ ਨਾ ਮਿਲਣਾ ਕੋਈ ਚਾਹੁੰਦਾ ਸੀ ਉਹ ਬੜੇ ਟੱਬਰ ਦਾ ਜੋ ਮੁਖੀਆ ਅੱਜ ਉਸ ਬਾਪੂ ਨੂੰ ਨਾ ਮਿਲਣਾ ਕੋਈ ਚਾਹੁੰਦਾ ਸੀ ਤੇ ਸੈਂਟਰ ਵਿੱਚ ਬੈਠਾ ਰਹਿੰਦਾ ਚਾਕਦਾ ਤੇ ਸੈਂਟਰ ਵਿੱਚ ਬੈਠਾ ਰਹਿੰਦਾ ਚਾਕਦਾ ਉਹ ਸੁਬਾਹ ਤੋਂ ਦੁਪਹਿਰ ਹੋ ਗਏ ਇਸ ਪਿਆਰ ਦੀਆਂ ਦੇਖ ਲਓ ਤਰੱਕੀਆਂ ਉਹ ਆਪਣੇ ਹੀ ਗੈਰ ਹੋ ਗਏ ਪੁੱਤ ਨੂੰ ਪਿਆ ਕੇ ਮਾਂ ਖੁਸ਼ੀਆਂ ਮਨਾਉਂਦੀ ਸੀ ਸ਼ਰੀਕ ਹੋਈ ਨਾ ਦੀ ਨਾ ਸਮਝ ਕੋਈ ਆਉਂਦੀ ਸੀ ਪੁੱਤ ਨੂੰ ਪਿਆ ਕੇ ਮਾਂ ਖੁਸ਼ੀਆਂ ਮਨਾਉਂਦੀ ਸੀ ਸ਼ਰੀਕ ਹੋਈ ਨਾ ਦੀ ਨਾ ਸਮਝ ਉਹਨੂੰ ਆਉਂਦੀ ਸੀ ਸ਼ਾਇਦ ਕਦੇ ਹੁੰਦੇ ਸੀ ਚੱਕਣੇ ਨੂੰ ਸ਼ਾਇਦ ਕਦੇ
ਦੇ ਹੁੰਦੇ ਸੀ ਉਹ ਅੱਜ ਕਿਵੇਂ ਸ਼ਹਿਰ ਬਣ ਗਏ ਇਸ ਪਿਆਰ ਦੀਆਂ ਦੇਖ ਲਓ ਤਰੱਕੀਆਂ ਆਪਣੇ ਹੀ ਗੈਰ ਬਣ ਗਏ ਰਿਸ਼ਤੇਦਾਰਾਂ ਦੀ ਉਹ ਗੱਲ ਜਦੋਂ ਚੱਲਦੀ ਜਿਹੜਾ ਪੱਲਾ ਭਾਰੀ ਗੱਲ ਹੁੰਦੀ ਹੋਈ ਰਿਸ਼ਤੇਦਾਰੀ ਦੀ ਯਾਰ ਉਹ ਗੱਲ ਜਦੋਂ ਚੱਲਦੀ ਜਿਹੜਾ ਪੱਲਾ ਭਾਰੀ ਗੱਲ ਹੁੰਦੀ ਉਹਦੇ ਬਲ ਦੀ ਲੋੜ ਪੈਂਦੀ ਉੱਤੇ ਫਿਰ ਜਾਣੇ ਅੱਖੀਆਂ ਲੋੜ ਪੈਂਦੀ ਉੱਤੇ ਫਿਰ ਜਾਣੇ ਅੱਖੀਆਂ ਉਹ ਫਸਲੀ ਬਟੇਰ ਹੋ ਗਏ ਇਸ ਪਿਆਰ ਦੀਆਂ ਵੇਖ ਲਓ ਤਰੱਕੀਆਂ ਉਹ ਆਪਣੇ ਹੀ ਗੈਰ ਹੋ ਗਏ ਰਿਸ਼ਤੇਦਾਰੀਆਂ ਪੱਗ ਬਣ ਯਾਰਾਂ ਦੀਆਂ ਦੇਖੀਆਂ ਮੈਂ ਯਾਰੀਆਂ ਉੱਪਰੋਂ ਮਸੰਮੀ ਬਿਆਹੀ ਫਾੜੀਆਂ ਉਹ ਪੱਗ ਬਟੇ ਯਾਰਾਂ ਦੀਆਂ ਦੇਖੀਆਂ ਮੈਂ ਯਾਰੀਆਂ ਮਸੰਮੀ ਵਿੱਚੋਂ ਫਾੜੀਆਂ ਆਹੀ ਫਾੜੀਆਂ ਦੇਖ ਜਿਨ੍ਹਾਂ ਨੂੰ ਸਵੇਰ ਕਦੇ ਹੁੰਦੀ ਸੀ ਉਹ ਦੇਖ ਜਿਨ੍ਹਾਂ ਨੂੰ ਸਵੇਰ ਕਦੇ ਹੁੰਦੀ ਸੀ ਉਹ ਸਾਡੇ ਲਈ ਹਨੇਰ ਬਣ ਗਏ ਇਸ ਪਿਆਰ ਦੀਆਂ ਦੇਖ ਲਓ ਤਰੱਕੀਆਂ ਉਹ ਆਪਣੇ ਹੀ ਗੈਰ ਬਣ ਗਏ ਬਲਵੀਰ ਅੱਖੀ ਦੇਖ ਉਹ ਕੰਨੀ ਸੁਣ ਕੇ ਹੈ ਲਿਖਦਾ ਮਨਿਆਰੀ ਵਾਂਗੂ ਦੇਖਿਆ ਪਿਆਰ ਇੱਥੇ ਵਿਕਦਾ ਬਲਵੀਰ ਅੱਖੀ ਦੇਖ ਕੰਨੀ ਸੁਣ ਕੇ ਹੈ ਲਿਖਦਾ ਮਨਿਆਰੀ ਵਾਂਗੂ ਦੇਖਿਆ ਪਿਆਰ ਉਹਨੇ ਵਿਕਦਾ ਉਹ ਰੱਬਾ ਬਖਸ਼ੀ ਇਤਫਾਕ ਇਨਸਾਨ ਨੂੰ ਉਹ ਇਤਫਾਕ ਇਨਸਾਨ ਨੂੰ ਜੋ ਅੱਜ ਬੜੇ ਡੈਰ ਹੋ ਗਏ ਇਸ ਪਿਆਰ ਦੀਆਂ ਦੇਖ ਲਓ ਤਰੱਕੀਆਂ ਉਹ ਆਪਣੇ ਹੀ ਕੈਰ ਹੋ ਗਏ ਵੀਰ ਜੀ ਬਹੁਤ ਹੀ ਵਧੀਆ ਤੁਸੀਂ ਇਹਦੇ ਵਿੱਚ ਸਾਰਾ ਕੁਛ ਹੀ ਦੱਸ ਦਿੱਤਾ ਕਿ ਕਿੱਦਾਂ ਕਿ ਚਾਰ ਜਿਹੜੇ ਸੱਸ ਦੇ ਅਤੇ ਨੌਂ ਦੇ ਤਾਂ ਉਹ ਸਰੀਕ ਬਣ ਗਏ ਅਤੇ ਜਿਹੜੇ ਤੁਹਾਡੇ ਪੱਗਵਟ ਭਰਾ ਸੀ ਉਹ ਵੀ ਤੁਹਾਡੇ ਨਾਲ ਬਦਲ ਗਏ ਸਾਰਾ ਕੁਛ ਬਦਲਿਆ ਅਤੇ ਰਿਸ਼ਤੇ ਬਦਲ ਗਏ ਬਹੁਤ ਹੀ ਵਧੀਆ ਤੁਸੀਂ ਜਿਹੜੀ ਆਪਣੀਆਂ ਲਾਈਨਾਂ ਲਿਖੀਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਕਹਿਣਾ ਚਾਹੋਗੇ ਕੁਛ ਗੱਲ ਕਹਿਣ ਦਾ ਮਤਲਬ ਸੀਗਾ ਛੋਟਾ ਜਿਹਾ ਸਮਝਾਉਣ ਦਾ ਹੈਗਾ ਦੇਖੋ ਕਿੰਨੀਆਂ ਤਰੱਕੀਆਂ ਹੋ ਗਈਆਂ ਗੱਲ ਮਕਾ ਦਿੱਤੀ ਵੀ ਪਿੰਡਾਂ ਤੋਂ ਸ਼ਹਿਰ ਬਣ ਗਏ ਉਹ ਬਹੁਤ ਕਿਤੇ ਕਿਤੇ ਘਰ ਸਾਨੂੰ ਮਿਲਦਾ ਜਿੱਥੇ ਪਰਿਵਾਰ ਸੰਗਠਨ ਰਹਿੰਦੇ ਹੈਗੇ ਆ ਧੀ ਦਾ ਦਰਜਾ ਮਿਲਦਾ ਹੈਗਾ ਉਹ ਚੀਜ਼ਾਂ ਬਹੁਤ ਅੱਜ ਕਿਤੇ ਕਿਤੇ ਮਿਲਦੀਆਂ ਇਹ ਕਿਉਂ ਨੀ ਇਸ ਤਰ੍ਹਾਂ ਵੱਧ ਰਿਹਾ ਹੈਗਾ ਕਿ ਜਿਹਨਾਂ ਨੂੰ ਦੇਖ ਕੇ ਅਸੀਂ ਆਪਾਂ ਜਾਈਏ ਹਾਏ ਉਹ ਰੱਬਾ ਇੰਨਾ ਪਿਆਰ ਇੱਥੇ ਇਸ ਘਰ ਦੇ ਵਿੱਚ ਅੱਜਕੱਲ੍ਹ ਤਾਂ ਉੱਤੇ ਹੈਰਾਨੀ ਹੋ ਜਾਂਦੀ ਹੈਗੀ ਕਿਤੇ ਮਿਲਦੀਆਂ ਇਹ ਚੀਜ਼ ਹਾਂਜੀ ਤੁਹਾਡੇ ਕਹਿਣ ਦਾ ਮਤਲਬ ਕਿ ਦੇਖ ਲਓ ਪਿੰਡ ਤਾਂ ਸ਼ਹਿਰ ਬਣ ਗਏ ਇੰਨੀ ਉਹਨਾਂ ਨੇ ਤਰੱਕੀ ਕਰ ਲਈ ਅੱਗੇ ਤੋਂ ਅੱਗੇ ਵਧੀ ਗਏ ਜਿਹੜੇ ਸਾਡੇ ਪਰਿਵਾਰ ਆ ਘਟੀ ਜਾਂਦੇ ਆ ਕਿਉਂਕਿ ਬੱਚੇ ਅਲੱਗ ਹੋਈ ਜਾਂਦੇ ਆ ਨਾਲ ਜਿਹੜਾ ਜੁਆਇੰਟ ਫੈਮਿਲੀ ਘਟੀ ਜਾਂਦੀਆਂ ਆ ਮਤਲਬ ਆਪਣੇ ਪੈਣੀ ਛੋਟੀ ਮੈਂ ਗੱਲ ਕਰਦਾ ਹੈਗਾ ਰਿਸ਼ਤੇ ਦੀ ਕੁੜੀ ਦੀ ਗੱਲ ਹੁੰਦੀ ਸੀਗੀ ਤੇ ਜਦੋਂ ਉਹਨੂੰ ਪਤਾ ਲੱਗਾ ਹਨਾ ਵੀ ਉਹ ਮੁੰਡਾ ਮਤਲਬ ਉਹ ਇਕੱਲਾ ਹੀ ਆ ਤੇ ਮਾਂ ਬਾਪ ਇੱਦਾਂ ਹੈ ਨੀ ਤੇ ਉਹਦੇ ਘਰ ਦੇ ਨਾ ਕਦੇ ਨਾ ਕਦੇ ਉਹਨਾਂ ਦਾ ਘਰ ਚ ਖੁਸ਼ੀ ਬੜੀ ਚਾਹੀ ਲੈ ਤਾਂ ਕੁੜੀ ਸਾਡੇ ਦਾ ਰਾਜ ਕਰਨਾ ਉੱਥੇ ਤਾਂ ਉਹਨੂੰ ਅਗਰ ਝੁਕਣਾ ਸੀਗਾ ਉਹਨੂੰ ਜੇ ਉਹਦੇ ਮਾਂ ਬਾਪ ਹੁੰਦੇ ਆ ਤਾਂ ਮਤਲਬ ਇਹ ਸਾਡੀਆਂ ਸੋਚਾਂ ਬਣ ਚੁੱਕੀਆਂ ਹੈਗੀਆਂ ਵਾਸਤੇ ਉਹਨੂੰ ਮਤਲਬ ਰਾਜ ਜਿਹੜਾ ਰਾਜ ਕੋਈ ਬੰਦਾ ਕਰਦਾ ਆ ਆਪਣੇ ਪਬਲਿਕ ਹੋਊਗੀ ਤਾਂ ਰਾਜ ਦੇਖੂਗੀ ਜੇ ਉਹ ਇਕੱਲੇ ਰਾਜਾ ਕੀ ਕਰ ਲੂਗਾ ਉੱਥੇ ਰਹਿ ਕੇ ਹਾਂਜੀ ਪਬਲਿਕ ਮਤਲਬ ਪਰਿਵਾਰ ਹੋਊਗਾ ਤਾਂ ਉਹਦੇ ਚ ਉਹਦਾ ਰਾਜ ਵੀ ਵਧੀਆ ਲੱਗੂਗਾ ਵਧੀਆ ਹੋਊਗਾ ਉਹੀ ਉਹਦੇ ਰਾਜ ਨੂੰ ਮੰਨਣਗੇ ਉਹ ਜਿੱਦਾਂ ਕਹਿ ਲਓ ਵੀ ਇਕੱਲੇ ਨੇ ਗੁਰਖਾ ਕੇ ਆਪਣੇ ਸ਼ੁਕਰ ਕਰਾਉਣੀ ਹੈਗੀ ਆ ਜੀ ਹਾਂਜੀ ਬਹੁਤ 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 ਸ਼ੁਕਰੀਆ ਜੀ ਤੁਹਾਡਾ ਇਹਨਾਂ ਨੇ ਤਾਂ ਬਹੁਤ ਵਧੀਆ ਆਪਣੀ ਪੋਇਟਰੀ ਜਿਹੜੀਆਂ ਲਾਈਨਾਂ ਬਹੁਤ ਲਿਖੀਆਂ ਹੈਗੀਆਂ ਕਿ ਪਰਿਵਾਰ ਨਹੀਂ ਵਧੇ ਪਰਿਵਾਰ ਘਟਣ ਲੱਗ ਗਏ ਤੇ ਪਿਆਰ ਵੀ ਘਟਣ ਲੱਗ ਗਏ ਤੇ ਜੋ ਕੁਛ ਪਹਿਲਾਂ ਦੇਖਣ ਨੂੰ ਮਿਲਦਾ ਸੀ ਉਹ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲ ਰਿਹਾ ਇਹਨਾਂ ਨੇ ਇਸ ਤਰ੍ਹਾਂ ਕਿਉਂਕਿ ਦੇਖੋ ਇਹ ਆਪਣੀ ਆਪਣੀ ਸੋਚ ਆ ਉਹਨਾਂ ਨੇ ਲਿਖਿਆ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੁਣ ਦੇਖਦੇ ਕਿ ਸਾਡੇ ਦਰਸ਼ਕ ਜਿਹੜੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਬਾਰੇ ਵਿੱਚ ਕੀ ਸੋਚਦੇ ਆ ਸਾਨੂੰ ਆਪਣੀ ਫੀਡਬੈਕ ਵੀ ਦਿੰਦੇ ਰਿਹਾ ਕਰੋ ਕਿ ਕਿਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਰਦੇ ਕਿ ਸਾਡਾ ਫਿਰ ਹੌਸਲਾ ਵੱਧਦਾ ਅਸੀਂ ਹੋਰ ਵੀ ਵਧੀਆ ਤੁਹਾਡੇ ਲਈ ਟੌਪਿਕ ਲੈ ਕੇ ਆਈਏ ਅਤੇ ਦੇਖਦੇ ਹਾਂ ਅਗਲੇ ਸਾਡੇ ਕਾਲਰ ਕੌਣ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਬਹੁਤ ਹੀ ਸੋਹਣਾ ਪ੍ਰੋਗਰਾਮ ਹੈ ਕੌਣ ਬੋਲਦੇ ਜੀ ਮੇਰਾ ਨਾਮ ਕਿਸ਼ਨ ਹੈ ਜੀ ਮੈਂ ਸੈਂਟ ਆਲਬਨ ਤੋਂ ਬੋਲਦਾ ਹਾਂ ਓਕੇ ਜੀ ਮੈਂ ਹੁਣ ਇੱਥੇ ਚਲੋ ਇੱਥੇ ਹਾਂਜੀ ਤੁਸੀਂ ਤੁਹਾਡੇ ਕੋਲ 50 ਸੈਕਿੰਡ ਆ ਜੀ ਥੋੜਾ ਜਿਹਾ ਕਹਿ ਦੋ ਸਾਡੇ ਕੋਲ ਟਾਈਮ ਨਹੀਂ ਜੀ ਚਾਹੂੰਗੇ ਬਸ ਕਹਿਣਾ ਇਹ ਚਾਹੁੰਦਾ ਜੀ 50 ਸੈਕਿੰਡ ਆ ਇੱਥੇ ਦਾ ਤਾਂ ਚਲੋ ਕਾਰੋਬਾਰ ਜਿੱਦਾਂ ਲੋਕੀ ਕਮਾਉਂਦੇ ਆ ਜਿਹੜਾ ਆਪਾਂ ਇੰਡੀਆ ਦੀ ਭੈਣ ਜੀ ਹੁਣ ਪਹਿਲਾਂ ਗੱਲ ਕੀਤੀ ਸੀ ਬੜੀ ਚੰਗੀ ਗੱਲ ਉਹਨਾਂ ਨੇ ਕਹੀ ਆ ਜਿਹੜੇ ਸਾਡੇ ਕਿਸਾਨ ਨੇ ਨਾ ਆਪ ਕਰਜ਼ੇ ਚੱਕ ਚੱਕ ਕੇ ਜ਼ਿਆਦਾ ਵਿਆਹਾਂ ਤੇ ਖਰਚਾ ਕਰਦੇ ਆ ਚਾਰ ਚਾਰ ਪਾਰਟੀਆਂ ਕਰਦੇ ਆ ਜੀ ਜੀ
ਮਤਲਬ ਖੁਦਕਸ਼ੀਆਂ ਕਰਦੇ ਫਿਰ ਕਰਜ਼ਾ ਨਹੀਂ ਦੇ ਹੁੰਦਾ ਜਦੋਂ ਕਰਜ਼ਾ ਨਹੀਂ ਦੇ ਹੁੰਦਾ ਤੇ ਗਵਰਨਮੈਂਟਾਂ ਦੇ ਐਵੇਂ ਥੋਪੀ ਜਾਂਦੇ ਕਿ ਕਿਤੇ ਗਵਰਨਮੈਂਟ ਤੁਸੀਂ ਆਪਣਾ ਆਪ ਦੇਖੋ ਪਹਿਲਾਂ ਅਸੀਂ ਵੀ ਤਾਂ ਕਰਦੇ ਹੁੰਦੇ ਸੀ ਹਾਂਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਬਹੁਤ ਵਧੀਆ ਨੈਕਸਟ ਸਾਡੇ ਪ੍ਰੋਗਰਾਮ ਅਗਲੇ ਹਫਤੇ ਇਸੇ ਟਾਈਮ ਤੇ 10:30 ਤੋਂ 11:30 ਵਜੇ ਜ਼ਰੂਰ ਤੁਸੀਂ ਫਿਰ ਦੁਬਾਰਾ ਆਉਣਾ ਆਪਣੇ ਕਿਉਂਕਿ ਤੁਹਾਨੂੰ ਅੱਜ ਥੋੜਾ ਟਾਈਮ ਮਿਲਿਆ ਤੇ ਟੀਨਾ ਜੀ ਤੁਸੀਂ ਵੀ 50 ਸੈਕਿੰਡ 'ਚ ਕਹਿ ਦਿਓ ਕੀ ਕਹਿਣਾ ਆ ਮੈਂ ਤਾਂ ਬਸ ਇਹੀ ਕਹੂੰਗੀ ਕਿ ਕੀ ਕਹਿੰਦੇ ਆ ਤੁਸੀਂ ਆਪਣੇ ਵਿਊਜ਼ ਸਾਡੇ ਨਾਲ ਸ਼ੇਅਰ ਕਰੋ ਇਹ ਜਿਹੜੇ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਇਹ ਜਿਹੜਾ ਪ੍ਰੋਗਰਾਮ ਇਹ ਸਾਡੇ ਜਿਹੜੇ ਵੀ ਅਸੀਂ ਇਸ਼ੂਜ਼ ਜਾਂ ਟੋਪਿਕ ਲੈ ਕੇ ਆਉਂਦੇ ਹਾਂ ਉਹ ਇਹ ਨਹੀਂ ਲੈ ਕੇ ਆਉਂਦੇ ਕਿ ਇਹ ਅਸੀਂ ਕੀ ਸੋਚਦੇ ਹਾਂ ਇਹ ਸਾਡੀ ਸਾਰਿਆਂ ਦੀ ਕੀ ਸੋਚ ਹੈ ਸਾਂਝੀ ਕੀ ਸੋਚ ਹੈ ਅਸੀਂ ਕੀ ਐਕਸਪੀਰੀਅੰਸ ਕਰ ਰਹੇ ਹਾਂ ਜਿੱਦਾਂ ਅਸੀਂ ਮੈਂ ਹਰ ਪ੍ਰੋਗਰਾਮ 'ਚ ਕਹਿੰਦੀ ਹਾਂ ਕਿ ਅਗਰ ਕੋਈ ਤੁਸੀਂ ਟੋਪਿਕ ਕੋਈ ਸਪੈਸੀਫਿਕ ਇਸ਼ੂ ਹੈ ਜਿਸ ਨੂੰ ਲੈ ਕੇ ਆਉਣਾ ਚਾਹੋ ਤੁਸੀਂ ਚੈਨਲ ਨੂੰ ਕੰਟੈਕਟ ਕਰ ਸਕਦੇ ਹੋ ਜਿੱਦਾਂ ਪਰਮਿੰਦਰ ਜੀ ਨੇ ਕਿਹਾ ਤੁਹਾਡੀ ਫੀਡਬੈਕ ਇਜ਼ ਈਕੁਅਲੀ ਵੈਲਿਊਏਬਲ ਟੂ ਅਸ ਇਹ ਸਾਨੂੰ ਬਹੁਤ ਮੈਟਰ ਕਰਦੀ ਹੈ ਕਿ ਅਸੀਂ ਕਿੱਦਾਂ ਕਰ ਰਹੇ ਹਾਂ ਔਰ ਅਸੀਂ ਆਪਣੇ ਆਪ ਨੂੰ ਕਿੱਦਾਂ ਇੰਪਰੂਵ ਅੱਗੇ ਕਰਨਾ ਹੈ ਹੁਣ ਸਾਡਾ ਜਾਣੇ ਦਾ ਜੀ ਟਾਈਮ ਹੋ ਗਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਪ੍ਰੋਗਰਾਮ ਵਿੱਚ ਅੱਜ ਹਿੱਸਾ ਲਿਆ ਬਹੁਤ ਉਹਨਾਂ ਦਾ ਅਸੀਂ ਸ਼ੁਕਰੀਆ ਕਰਦੇ ਹਾਂ ਕਿਉਂਕਿ ਤੁਹਾਡੀ ਜਦੋਂ ਤੁਸੀਂ ਗੱਲਬਾਤ ਕਰਦੇ ਤਾਂ ਸਾਨੂੰ ਪਤਾ ਲੱਗਦਾ ਕਿ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਆ ਤੁਸੀਂ ਆਪਣਾ ਵਧੀਆ ਲੱਗਦਾ ਆ ਅਗਲੇ ਹਫਤੇ ਅਸੀਂ ਇਸ ਜਗ੍ਹਾ 'ਤੇ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਅਤੇ ਹੁਣ ਬੁਲਾਉਂਦੇ ਹਾਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ